99 25 5000 रुपया क्लब नूं दान भेजदा है। हरदयाल सिंह चोला 2000 रुपया क्लब नूं दान भेजदे आ। असी क्लब वालों ग्राम पंचायत वालों भगत बाबा दुनी चंद कमेटी वालों इन्हां दे बहुत धन्नवादी हां। बेबा नाल ही फिर बेनती कर दिए कबड्डी ओपन दे अगले मैचां दे लई लो किते डकरू बुकन वाला वाड़ा रैन सिंह वाला जनेर ते सुर सिंह वाला और 17 किलो वर्ग दीआं टीमां दे जो मैच मुदकी वर्ज कंडियाल दे दरम्यान होणगे इस मैच दी जेतू टीम नूं बाई मिलेगी। सो मैचां दा जिहड़ा लेखा जोखा है मित्रो इस तरह है शुष्क 10.5 पॉइंट है सदा वाला 7 सदा वाला 7 शुष्क 10.5 और शुष्क इस मैच दे विचों जेतू रहे ने। सो बहुत मेहरबानी साडे स्कोरर सज्जन बड़ी जिम्मेवारी दे नाल पॉइंटां दीआं लिखतां वल ध्यान दे रहे ने। हेलो आ वी जिहड़े स्टेडियम दे उपर फे आ मेरे वीर ध्यान नाल सुन लो साडे स्पोर्ट क्लब दे मैंबर ते सिक्योरिटी दे पहुंच गई आ मेरे वीर 5-7 मिंटां दे विच जिन्हां कोल पास आणी कृपा करके थल्ले आ जाओ। असी आ जिहड़े सानूं तदड़ पैसे दे रहे आ सन्मानयोग व्यक्ति उन्हां नूं पाउणा है। सो मेरे वीरों थे अगे हथ बन के बेनती आ कृपा करो जिन्हां कोल पास है नहीं थले आ जाओ जे ज्यादा ही पास लैना तां 1000 रुपया दे दिओ पास तुहानूं दे देंगे। सो कृपा करके भाई आ साडे बंदे आ रहे चेक कर रहे आ 5 मिंटां दे विच विच सारा जिहड़े कोल पास नहींगा थले उतर जाओ। वकीलां दी टीम जिहड़े ने ओह सोनी दे नाल इत्थे संपर्क करन वकीलां वाले प्रेमे दे नाल सोनी होनी प्रेम प्राण दे नाल राबता करन वकीलां वाले दुआन। ਆ ਜਿਹੜੇ ਸਾਡੇ ਐਨਆਰਆਈ ਵੀਰਾ ਜਥੇਦਾਰ ਹਰਨੇਕ ਸਿੰਘ ਕੈਨੇਡਾ ਹਰਜੀਤ ਸਿੰਘ ਮੋਹਲਾ ਕੈਨੇਡਾ ਗੁਰਦੀਪ ਸਿੰਘ ਸਿੱਧੂ ਕੈਨੇਡਾ ਲਖਵਿੰਦਰ ਸਿੰਘ ਗਿੱਲ ਕੈਨੇਡਾ ਮਨਜਿੰਦਰ ਸਿੰਘ ਮਿੰਦਾ ਕੈਨੇਡਾ ਇਹ ਸਾਡੇ ਇਸ ਸਟੇਡੀਅਮ ਵਾਸਤੇ ਜਿਹੜੇ ਸਟੇਡੀਅਮ ਦੀ ਉਤਲੀ ਮੰਜ਼ਿਲ ਬਣਾਈ ਆ ਉਹਦੇ ਵਾਸਤੇ 1,09,500 ਰੁਪਇਆ ਦਿੰਦੇ ਆ ਤੇ ਇਹ ਸਾਰੀ ਜਿਹੜੀ ਪਾਰਟੀ ਆ ਇਹਨਾਂ 6 ਬੰਦਿਆਂ ਨੇ ਉਥੋਂ ਛਕ ਤੋਂ ਜਿਹੜਾ ਗੇਟ ਪਿੰਡ ਲੈ ਕੇ ਪਿੰਡ ਤੱਕ ਲਾਈਟ ਦੀ ਸੇਵਾ ਕੀਤੀ ਅੱਜ ਦੇ ਤਕਰੀਬਨ 3,10,000 ਰੁਪਇਆ ਦਿੱਤਾ ਤੇ ਹੁਣ ਜਿਹੜਾ 71,000 ਰੁਪਇਆ ਦਾ ਨਾਮ ਆ ਉਹ ਵੀ ਇਸੇ ਗਰੁੱਪ ਨੇ ਲਿਆ ਹੈ ਜਹੇਦਾਰ ਨੇਕ ਸਿੰਘ ਕੰਨਿਆ ਹਰਜੀਤ ਸਿੰਘ ਮੋਹਲਾ ਗੁਰਦੀਪ ਸਿੰਘ ਸਿੱਧੂ ਲਖਵਿੰਦਰ ਸਿੰਘ ਗਿੱਲ ਮਨਜਿੰਦਰ ਸਿੰਘ ਮਿੰਦਾ ਬਈ ਇਹਨਾਂ ਐਨਆਰਆਈ ਵੀਰਾਂ ਜਿੰਨੀ ਇੰਨੀ ਵੱਡੀ ਸਾਡੀ ਸਹਾਇਤਾ ਕੀਤੀ ਆ ਕੋਟ ਕੋਟ ਧੰਨਵਾਦ ਕਰਦੇ ਹਾਂ ਇਹਨਾਂ ਦਾ ਤੇ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਗਾਹ ਆਪਾਂ ਸਟੇਜ ਪੂਰੀ ਕਰਨੀ ਆ ਉਹਦੇ ਤੇ ਵੀ ਕਿਰਪਾ ਦਾ ਖਿਆਲ ਰੱਖਿਆ ਜੀ। ਹਾਂਜੀ ਸਾਡਾ ਵੀਰ ਬਲਦੇਵ ਸਿੰਘ ਸਿੰਘਾਲਾ ਜੋ ਇਸੇ ਪਿੰਡ ਦੇ ਵਸਨੀਕਾਂ ਤੇ ਸਿੰਘਾਲੇ ਜਾ ਰਹੇ ਆ ਉਹ ਵੀ ਸਾਡੀ ਇਸ ਕਲੱਬ ਨੂੰ 2100 ਰੁਪਇਆ ਸਹਿ ਕਰਦੇ ਆ। ਅੱਗੇ ਉਹਨੇ ਸਟੇਡੀਅਮ ਦੀ ਸਟੇਜ ਵਾਸਤੇ ਵੀ ਸਹਾਇਤਾ ਕੀਤੀ ਆ ਉਹਨਾਂ ਦਾ ਅਸੀਂ ਕੋਟ ਕੋਟ ਧੰਨਵਾਦ ਕਰਦੇ ਹਾਂ। ਸੁਖਦੇਵ ਸਿੰਘ ਜੀ ਮੀਲਾਂ ਵਾਲਾ ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ ਜੀਵਾਂ ਕਹਿੰਦੇ ਆ ਸਰਦਾਰ ਸੁਖਦੇਵ ਸਿੰਘ ਜੀ ਵਕੀਲ ਵਾਲਾ। ਸੋ ਵੀ ਲੋ ਕੇ ਦੇ ਡਗਰੂ ਬੁਕਣ ਵਾਲਾ ਦੇ ਵਾੜਾ ਚੈਨ ਸਿੰਘ ਵਾਲਾ ਸਰਦਾਰ ਸੁਖਦੇਵ ਸਿੰਘ ਜੀ ਵਕੀਲਾਂ ਵਾਲਾ 3100 ਰੁਪਇਆ ਸਾਡੇ ਸਪੋਰਟਸ ਕਲੱਬ ਲਈ ਭੇਜਦੇ ਨੇ ਸੁਖਦੇਵ ਸਿੰਘ ਜੀ ਵਕੀਲਾਂ ਵਾਲਾ 3100 ਰੁਪਇਆ। ਸੋ ਓਪਨ ਦੇ ਭਲਵਾਨਾਂ ਨੂੰ ਫਿਰ ਬੇਨਤੀ ਹੈ ਵੀ ਲੋ ਕੇ ਦੇ ਡਗਰੂ ਅਸੀਂ ਕਾਫੀ ਸਮਾਂ ਪਹਿਲਾਂ ਬੇਨਤੀਆਂ ਕਰ ਚੁੱਕੇ ਹਾਂ ਪਰ ਫਿਰ ਵੀ ਸੱਜਣਾ ਨੇ ਸਾਥ ਨਹੀਂ ਦਿੱਤਾ ਬਹੁਤ ਵਧੀਆ। ਲੋ ਕੇ ਡਗਰੂ ਫੁਕਣ ਵਾਲਾ ਵਾੜਾ ਚੈਨ ਸਿੰਘ ਵਾਲਾ ਜਨੇਰ ਤੇ ਸੁਰ ਸਿੰਘ ਧਰਮਕੋਟ ਖੇਡਣਗੇ ਜੀਰਾ ਫਰੈਂਡਸ ਕਲੱਬ ਦੇ ਨਾਲ ਗੁਰਦਿੱਤੀ ਵਾਲਾ ਖੇਡੇਗਾ ਤਲਵੰਡੀ ਬਾਈ ਦੇ ਨਾਲ ਤੱਲੇ ਕੇ ਖੇਡਣਗੇ ਰੋੜੀ ਕਪੂਰਾ ਦੇ ਨਾਲ ਰੰਡਿਆਲ ਖੇਡੇਗਾ ਡਗੋਰਮਨਾ ਦੇ ਨਾਲ ਲੱਲੇ ਖੇਡਣਗੇ ਭੁੱਟੋ ਕਬੱਡੀ ਕਲੱਬ ਭੜਾਣਾ ਦੇ ਨਾਲ 70 ਕਿਲੋ ਦੇ ਵਿੱਚੋਂ ਬੁੱਧਗੀ ਨੇ ਕੜਿਆਲ ਨਾਲ ਖੇਡਣਾ ਹੈ। ਸੋ ਜਿਹੜੀ ਜਿੱਤ ਕੇ ਟੀਮ ਗਈ ਇਹਨੂੰ ਬਾਈ ਮਿਲੀ ਹੈ। ਸੋ ਸਾਡੇ ਸਾਰੇ ਮਾਣਯੋਗ ਮਿੱਤਰਾਂ ਦਾ ਸਹਿਯੋਗ ਜਿੱਥੇ ਪ੍ਰਦੇਸੀ ਮਿੱਤਰਾਂ ਦਾ ਸਹਿਯੋਗ ਹੈ ਸੁਰਜੀਤ ਸਿੰਘ ਜੀ ਪਿਆਰ ਸਾਡੇ ਪ੍ਰਧਾਨ ਸਰਪੰਚ ਸਾਹਿਬ ਬਖਸ਼ੀਸ਼ ਸਿੰਘ ਜੀ ਟਰੱਕ ਯੂਨੀਅਨ ਜੀਆ ਬਲਦੇਵ ਸਿੰਘ ਜੀ ਸਰਪੰਚ ਸਾਹਿਬ ਸੁਖਦੇਵ ਸਿੰਘ ਜੀ ਮਾਨੀ ਸਰਪੰਚ ਸਾਹਿਬ ਸਰਦਾਰ ਜਗਰੂਪ ਸਿੰਘ ਜੀ ਪ੍ਰਧਾਨ ਸਪੋਰਟਸ ਕਲੱਬ ਚਮਕੌਰ ਸਿੰਘ ਜੀ ਗੁਰਜੰਟ ਕੋਗੀ ਨਿਰਮਲ ਸਿੰਘ ਭਗਵੰਤ ਰਾਜ ਸੈਕਟਰੀ ਸਾਡੇ ਜੇ ਖਜਾਨ ਜੀ ਜਸਵੀਰ ਸਿੰਘ ਜੀ ਸੀਰਾ ਬਲਵਿੰਦਰ ਸਿੰਘ ਜੀ ਪ੍ਰਧਾਨ ਸਾਬਕਾ ਕਮੇਟੀ ਔਰ ਦਿਗਜੀਤ ਸਿੰਘ ਜੀ ਜੀਤਾ
साढ़े पुराने कबड्डी खिडारी जोरा सिंह जी सैकटरी साहब, साढ़े वीर दलेर सिंह जी बराड़ साहब, साढ़े मित्र गुरलाल सिंह जी बराड़, पवित्र सिंह जी प्रधान साहब बराड़ साहब, दलजीत सिंह जी डॉक्टर दलजीत सिंह जी सर बहुत ईमान योग, गुरमेल सिंह नंबरदार साहब, और इतने नाल ही जिक्र करांगे सर प्रवासी मित्रों का सरदार बलविंद सिंह जी प्रधान, नाल ही प्रवासी मित्रों चो हरनेर सिंह जी जथेदार साहब, हरजीत सिंह जी मोला, सतपाल सिंह गिल, गुरदीप सिंह जी सिद्धू साहब, मनजिंदर सिंह जी खैरा, बशीर सिंह जी प्रधान ट्रक यूनियन जीरा, उन्होंने भी असं इतने जीव आए कहने हैं, राजू जी आस्ट्रेलिया, हैप्पी हनी आस्ट्रेलिया, हरप्रीत सिंह जी आस्ट्रेलिया, इकबाल सिंह जी मान आस्ट्रेलिया, गुरमेल सिंह जी सिद्धू साहब कनेडा, सुखदेव सिंह जी सिद्धू साहब, कुलवंत सिंह जी सिद्धू साहब, गुरजस सिंह जी सिद्धू साहब, नाल ही साढ़े कबड्डी खिडारी वीर लखविंदर सिंह जी लखा जो मान सत्कार कर रहे हैं कबड्डी खिडारियों का धन्यवाद, हरदयाल सिंह जी सरपंच साहब तो चोला गली नंबर 9172 अपनी पर्ची लै जा, उन्हों का धन्यवाद जिन्होंने सानू माइक तौर पर सहायता की। मैं फिर बेनती कर लो के बस डगरू बोकर वाला दिवाड़ा चैन सिंह वाला जनेत सुर सिंह वाला, काफी समय पहला अभी बेनियां की पर बहुत वधिया रिस्पॉन्स दिता सजना ने, आप भाई जिन्होंने सानू माइक सहायता दी जा सम्मान योग मेरे वीर सानू आके मिलो भाई, फिर ही सानू कुर्सी का अरेजमेंट करके देवे, सो जो तुम इतने फिरते रहे साढ़े तक कोई गिला शिकवा ना करो, साडा भजन बहुत करते हैं फिर भी कोई रह जाता, सो सानू जिन्होंने माइक सहायता दी साढ़े सम्मान योग सा मान सम्मान करते सानू आके मिल लैन। ग्राउंड खाली है कबड्डी ओपन वाले वीर बहुत समा पहला ही असं 70 किलो के चलते मैचों के बीच ही बेनती इसे करके की भी ग्राउंड ना खाली रहे, कंटिन्यू मैच जो उस तरह उस लड़ी तरतीब बार चल रहे, पर साढ़े वीर ने साडा सहयोग नहीं दिता, फिर बेनती करते हैं लो के डगरू बुकन वाला ते वाला चैन सिंह वाला जनेर ते सुर सिंह वाला टीमां ग्राउंडां दे वाला हुण जल्दी तो जल्दी लो के ते डगरू, सो इसे तरह 16-17 तरीक नूं धर्मकोट की धरती से खेडां दी चुंझ चर्चा होगी धर्मकोट, फिर बेनती करते हैं 70 किलो के मैच लई मोदगी दंडियाल आप खेडणगे मोदगी ते कंडियाल, और धर्मकोट ते जीरा फ्रेंड्स क्लब गुरदित्ती वाले ने तलवंडी फाइनल खेडना है धल्ले के रोड़ी कबरा दे नाल रियाला डगुर मणाल लले दे पड़ाणा, नाल दी नाल विदेशी बैठे सजना दियां टल्लियां खड़क रही ने टैलीफोना दियां, रिंपा राज तुहाडे इलाके दा जाणे पहचाणे है नाम है जी ने पंजाब दे खेड़ वेलिया दे विच डंगा बजाया अपनी खेड़ दा, नाल ही साडा ग्राई कीचा गजन वाला और कारण बराड़ और भी बड़ी वड्डी मित्रां दी पहल कनेडा दे एयरपोर्ट शहर दे विच जुड़ बैठे ने, जो मैया वाले कबड्डी कप जो आर्ट स्टूडियो वाले साडे सजन कबड्डी दी सेवा कर रहे ने देशों विदेशों में बैठे दर्शक वीर कबड्डी के नजारे कर रहे ने, समूह प्रवासी भरा धन्यवाद करते हैं जिन्होंने अपने 10-9 की किरत कबड्डी के स्टाफ की माइक सहायता की है, थैंक्स धन्यवाद लखा प्रधान साढ़े वीर ट्राली को पहुंचे ने महीने तो उन्होंने सजन उन्होंने मिलना चाहते हैं, लखा प्रधान ट्राली के कोले महीने तो उन्होंने मित्र उन्होंने मिलना चाहते हैं। हाँ जी कृपेर सिंह सरपंच होड़ा वाली तो वो सारी क्लब नूं 1100 रुपया मैक्स दा भेजे उन्होंने तहे दिलों शुक्रगुजारा। हाँ जी कृपा जी टीमां नूं अनाउंस करो। हाँ जी खाली आ लो के डगरू बहुत पहला समा कबड्डी ओपन असीं सद्दा पत्र दिता पर समझो बाहर है इन्ने लोग मेरे मित्रों तुहाडियां कबड्डियां दा आनंद माणन लई आए ने, ग्राउंडां हमेशा खिडारियां नाल सौंदियां ने ते खिडारी भी हमेशा ग्राउंडां दे विच ही सौंदे ने, अखियां उड़ीदियां दरवाजे मारदा बहुत आवाजां थोनों दित्तियां पर
ठीक है जी, ऐसा करके दो मिनट का समा। हेलो आवे लुकते डगरू, दो मिनट को ना टाइम देता है, जे ते आया था कदा कोई खिलाड़ी आके सानू दस दे लुकते डगरू, नहीं तो असि उन्होंने स्क्रैच कर देना ते तुसी वाक ओवर दे देना। हेलो अगे बुकण वाला ते वाला जैन सिंह वाला, जनेर वर्सेस सो सिंह वाला, धरमकोट वर्सेस जीरा फ्रेंड्स क्लब, ये सारिया टीम पहला इतने आना बाद दूजा सदा दिता जाऊगा। सो मैं लगता कई बार खिडारी फोन करके टीम बुक करा लेंगे तो आते नहीं, सो असी एक अद मिनट चारा काम भड़काई जाना, सा बहुत टीम हो, सो मेरे रिमाइंड ना करो जल्दी जल्दी ग्राउंड पहुंच। डगर हाँ जी डगर पहुंच चुके हैं ਵੀਰੋ, ਖਿਡਾਰੀ ਵੀਰਾਂ ਬੇਨਤੀ ਹੈ ਕਿ ਸਾਨੂੰ ਕਹਿਣਾ ਪਵੇ ਜਲਦੀ ਤੋਂ ਜਲਦੀ ਪਹੁੰਚਣ ਦੀ ਕੋਸ਼ਿਸ਼ ਕਰਿਆ ਕਰੋ। ਹੈਲੋ ਲੋਕੇ ਆਓ ਜੀ, ਲੋਕੇ ਬੋਕਣ ਵਾਲਾ ਬੜਾ ਚੈਨ ਸਿੰਘ ਵਾਲਾ, ਇੱਥੇ ਕੁਝ ਨਹੀਂ ਸੁਣਦਾ। ਹਾਂਜੀ ਇੱਕ ਮਿੰਟ ਦਾ ਸਮਾਂ ਜੀ ਲੋਕਿਆਂ ਲਈ, ਲੋਕ ਇੱਕ ਮਿੰਟ ਦਾ ਸਮਾਂ, ਇਹਨਾਂ ਹੋਵੇ ਡਾਕਟਰ ਨੂੰ ਜੇਤੂ ਕਰਾਰ ਦੇਣਾ ਪਵੇ ਕਮੇਟੀ ਨੂੰ ਬੋਕਣ ਵਾਲਾ ਤੇ ਵਾੜਾ ਚੈਨ ਸਿੰਘ ਵਾਲਾ ਜਨੇਰ ਤੇ ਸੁਰ ਸਿੰਘ। ਹਾਂਜੀ हां जी मैं अगे भी बेनती कर चुका कि जिहड़ा इह टूरनामेंट हो रहा है इह दानी सज्जना दी मेहर सदका दानी सज्जना दे दान नाल हो रहा है, सो बेनती कीती कि इहदे विच एन आर आई वीरा बहुत वड्डा सहयोग है, 71,000 रुपया जो कि पहला इनाम है ओपन कबड्डी का वह एन आर आई वीरा वालों जथेदार हरनेक सिंह, अकाल सिंह मान, हरजीत सिंह मुल्ला, हरदीप सिंह सिद्धू, लखविंदर सिंह गिल, मनजिंदर सिंह मिंदा गिल, इन वालों दिता जाना वीरो, इन वालों शेयर वालों जो अपनिया इतों चौंक तो लैके गेट तो लाइटा लवाइया जिन्हों से लगभग 380,000 रुपया खर्च होया है वह भी एन आर आई वीर के सहयोग होया है, 30,000 रुपया स्वर्गवासी बचन सिंह गिल दे बेटे बलदेव सिंह गिल, सखदेव सिंह गिल सरपंच, इन्हां वालों दान दिता गया, सरदार स्वर्गवासी हरदयाल सिंह जी बराड़, उन्हां दे बेटे स्वर्गवासी नछत्तर सिंह बराड़, मोहन सिंह बराड़, शरारा सिंह बराड़ ते बलदेव सिंह सरपंच वालों लगभग 60,000 रुपया दान दिता गया, 21,000 रुपया नगद है, ते एक इन्हां वालों मोटरसाइकिल दिता जाणा 21,000 रुपया मन्ना रोड। हाँ जी आए ने जी लोके डगर वाले आ गए ने, सो लोकियां नूं ते वल्लों दित्ता गया इक वीर सूचना, किसे दा बैग वज है उह साडे कोले पुलिस कंजारियां ने पहुंचा दित्ता, जिहड़े मेरे वीर दा बैग होए उह इत्थे साडे कोले पहुंच के आदा बैग लै सकदा। हाँ जी बुकन वाला ते बड़ा चैन सिंह वाला अगले मैच दे लई, बुकन वाला बड़ा चैन सिंह वाला, जनेर ते सुर सिंह, धर्मकोट ते जीरा फ्रेंड्स क्लब, इन्हां टीमां दा जिन्हां दे असीं नां अनाउंस कीते है, इन्हां दी जे बुद्धी टीम पहुंच जांदी है बहुता मेरा सा इंतजार नहीं करांगे, 60 पॉइंट टीमां साडे कोले ओपन दीआं पहुंचीआं होईआं, सो तुसीं देखो इन्ने मैच कराउणे बहुत औखा हो जाऊगा। डगरू नूं जेतू करार दिओ जी, लोके किधरे नजर नहीं आए, प्रबंधक वीर मजबूर हो गए, डगरू नूं वाकओवर देण जा रहे हां। अगली टीम बुकन वाला चैन सिंह वाला, आ तुहाडे सामने आ, प्रताख नूं प्रमाण दी लोड़ नहीं, डगरू ने सिर्फ एक डेढ़ मिनट जिहड़ा डेढ़ दो मिनट जा रहे सी ग्राउंड च, ते एक मिनट दा असां विरोधियों नूं कहा सी पर लोके ने गौर नहीं कीती, इसे तरह बुकन वाला दे वाला चैन सिंह। हाँ जी बड़ा चैन सिंह वाला, बुकर वाला, जनेर ते सुर सिंह वाला धर्मकोट खेडणगे, जीरा फ्रेंड्स क्लब दे नाल ते गुरदत्ती वाला खेडेगा तलवंडी भाई दे नाल, तल्ले के रोड़ी कपूरा ग्राउंडां वाल आओ दोस्तो, तल्ले के रोड़ी कपूरा रंडियाले ने खेडना टगोर मणा दे नाल, लल्ले लल्ले खेडणगे पुट्टो कबड्डी क्लब पड़ाणा दे नाल, लल्ले पुट्टो कबड्डी क्लब पड़ाणा, एक कुछ मैच जिहड़े असीं अनाउंस कीते ने, बाकी दीआं लिस्टां बाद दे विच तुहाडे नाल सांझीआं करांगे। इह टीमां ग्राउंड दे विच पहुंच जाण, जो टीम पहला आऊगी उहदे तों बाद एक मिनट दा इंतजार असीं विरोधी टीम दा करांगे, इहनां नूं जेतू कर दे दांगे। सो इस लड़ी दे तहत तुसीं देखिआ डगरू नूं जेतू करार दित्ता गिआ है,
क्योंकि एक डेढ़ मिनट टीका लोकिया लोक के पहुंचे नहीं। बुकन वाला वाला चैंट सिंह वाला सो दोस्तों कसलो लगोटे आओ मैदाने जंग दे विच मारो डारी उड्या पंछी मुड़ वतनी आया सिसक दिया रहन गिया सदा ही अखिया जा तक हरजीत बराट तू वापिस ना आया जद तक हरजीत बराट तू वापिस ना आया। आओ मेरे मित्रों फिर बुकराला वाला जैंट सिंह वाला बस जी बस नाल ही नाल बहुत लंबा मैं इंतजार नहीं करना और जिन्ना टीम ने अज तक एंट्री फीस नहीं पहुंचती की बुकन वाला बड़ा चैन सिंह वाला सरपंच साहब समय नु करो जी जे बड़े वाले नहीं पहुंचते दो मिनट का टाइम है सरपंच सुखदेव सिंह जी गिल साहब ठीक है जी समय नाल नोट कर रहे हैं जनेर ते सुर सिंह वाला इस तो अगले मैच लई जनेर ते सुर सिंह वाला उस तो अगलेरा मैच धर्मकोट ते जीरा फ्रेंड्स क्लब धर्मकोट दी जीरा फ्रेंड्स क्लब गुरदित्ती वाला ते तलवंडी भाई ये भी टीम तैयार पर तैयार रहन गुरदित्ती वाला ते तलवंडी भाई ताले के वर्ष जरूरी पूरा टीम राउंडा दे वाला हो काफी मेरी लिस्ट जड़ी असी तुहाडे नाल सांझी कीती है तो खिडारी वीर तुसी भी हुण जल्दी तो जल्दी ग्राउंड लाओ के रल मिल के असा कौमी रेल चलाई पासे हर जा सोहणी है साडी रेल गड्डी आई सो सामने रेल गड्डी दे वांग ना ट्रिंग दे वांग ना ग्राउंड दे वाल ਇਹਨਾਂ ਦੇ ਵਿੱਚ ਲੱਗੇ ਰਹੇ ਨੇ। ਆਓ ਜੀ ਅਗਲਾ ਮੈਚ ਜਿੱਥੇ ਅਸੀਂ ਨਾਲ ਦੇ ਨਾਲ ਤੁਹਾਡੇ ਰੂਬਰੂ ਕਰਾਂਗੇ ਸੋ ਪਹਿਲੇ ਮੈਚ ਦੀਆਂ ਟੀਮਾਂ ਗਰਾਊਂਡਾਂ ਦੇ ਵਿੱਚ ਪਹੁੰਚ ਚੁੱਕੀਆਂ ਬੁੱਕਣ ਵਾਲਾ ਤੇ ਵੜਜੈਨ ਸਿੰਘ ਵਾਲਾ ਰੈਫਰੀ ਸਾਹਿਬ ਮਾਰੂ ਜੀ ਇਸ ਮੈਚ ਸ਼ੁਰੂ ਕਰਵਾਈਏ ਦਰਸ਼ਕਾਂ ਦੀਆਂ ਅੱਖੀਆਂ ਇਸ ਮੈਚ ਨੂੰ ਤੱਕਣ ਦੇ ਲਈ ਉਤਾਵਲੀਆਂ ਨੇ ਵਾਹ ਬਈ ਵਾਹ ਕਬੱਡੀ ਦੇ ਇਤਿਹਾਸ ਦੇ ਵਿੱਚ ਅੱਜ ਕੁਝ ਵੇਖ ਲਈਆਂ ਗੱਲਾਂ ਜੁੜ ਗਈਆਂ हां जी प्रबंधक वीर नूं बेनती है भी जे अपने को सज्जन पूरी जिम्मेवारी नाल कापी लैके एखा जोखा कर सकते हैं भी जिहड़ी टीम पहला आई है ते उहनूं रेड देनी है सो कमेटी वाले इक दो सज्जन उधर बैठ के टीमां दा नाल दी नाल उधरले बन्ने एंटर होवेगी टीम सो फिर आपां इह सिस्टम भी चालू कर देंगे वाड़ा चैन सिंह वाला दी टीम पिंड वाले बने हैं वाड़ा चैन सिंह वाला दी टीम पिंड मैया वाला दी साइड है और देखते हैं भी बुकन वाली है नौजवान दी पाई हुई कबड्डी प्रसिद्ध गीतकार निंदर बुकन वाली दे पेंडू वाश कीना उधरले बने फिर नौजवान न्यू मोटिया पट्टा तो रखने की कोशिश कर रहा होया जब तक जारी है प्रवेश करती है सामने जालियां तो उत्ते नाम लिखा दे जिहड़ा पिंड पहला है रेड उहनां दी होवेगी इह खिडारी वीर नोट कर लै होगी टक्कर गुरु महाराज की बाखी हुई सरदारी सिर ते जुड़ा आ सामने देखते हैं नौजवान से नाल टक्कर होगी देखते हैं सिंह साहब सिंह इज किंग ਸਿੰਘਾਂ ਨੇ ਝੰਡੇ ਕੱਟੇ ਨੇ ਬੁਲੰਦੀਆਂ ਨੇ ਬੁਲੰਦ ਹੌਸਲੇ ਨੇ ਹੌਸਲੇ ਬੁਲੰਦ ਰੱਖ ਕੇ ਪੁਆਇੰਟ ਲੈਣ ਦੇ ਲਈ ਜਦੋਂ ਜਾਇਦ ਜਾਰੀ ਹੈ ਔਰ ਪੁਆਇੰਟ ਸਿੰਘ ਸਾਹਿਬ ਦੇ ਹਿੱਸੇ ਦੇ ਵਿੱਚ ਮਲੂਕਾ ਸਾਹਿਬ ਨੇ 2:30 ਵਜੇ ਬਹੁਤ ਤਕੜੇ ਮੈਚ ਰੱਖੇ ਉਹਨਾਂ ਨੇ ਬਹੁਤ ਬੜਾ ਚਾਰ ਵਾਹ ਵੀ
झंडे खाई दे बरखाई दे झंडे बरखाई दे साडे खिडारी वीर ने लखा कई खिडारी ट्रांसपोर्टर अरोड़ा दे मित्र वालों गुरजंट बरखाई का मान सम्मान किया जाएगा मोटरसाइकिल दे नाल और सब ने मोटरसाइकिल बेस्ट रेडर ते जापियां लई साडी पक्कवा दुनिया चांस स्पोर्ट्स क्लब वालों है। आओ इधरले बने देखते हैं नौजवान के लम सलम गबरू ते लमी ए दी एक फड़ी नी पापो रोटियां मैं गबरू आवां इक ऊंची लम्मी डील डौल है पाई हुई कबड्डी नौजवान दी बड़ा चैन सिंह वाले दे नौजवान गोरी दी पक कबड्डी जग तकदा है और पॉइंट नौजवान तावी दे हिस्से दे विच जुड़दा होया और अगले मैच दे लई फिर बेती है जनेर ते सुर सिंह वाला टीम अपना नाम जेड़ा सामने प्रबंधकां कोले लिखवा दियो और पहली कबड्डी होगी जी सारी टीम समुची टीम पहला आएगी ग्राउंड दे विच और फिर सिंह सरदार नाल हाथ जुड़िया ने देखते हैं की बनता है की जुड़ता है गड्डी बाईपास होगी और गुरजीत सिंह जी खाड़ा लंघ जाना बिल्कुल सच्चे ते सुच फैसले दे के दस रहे ने पॉइंट चैन सिंह वाला दी टीम हिस्से दे विच है और धर्मकोट ते जीरा अगले मैचों के लिए धर्मकोट ते जीरा टीम ग्राउंड आ जाना इतने रख इको जी निगर इको जी उम्र ने हेलो वजन है। हाँ जी हाँ जी आ सारे होर दानी सज्जन जी ट्रांसपोर्ट क्योंकि पिंड दी गड्डिया बाबे कृपा नाल बहुत तारे कर कर गड्डी आ पी एच आर कला काका जीरे वाला ओदी कांडले ट्रांसपोर्ट आ ओ सानू स्पोर्ट्स क्लब नू 2500 रुपया मैक सहायता दिंदा है पीएचआर कांडला काके जीरे वाला असि उन्हां दा धन्नवाद करते हैं जी है कहने महाराज उन्हां ते कृपा करे चढ़दी कला करे जेड़े साडे इस क्लब नू सहायता दिंदे आ धन्नवाद। हां भाई ओ जेड़े जाईयां खड़े है ना प्रभु अग्गे भी तुहाडे चरणां च बेनती कीती सी लैके ਵੀ ਕਿਰਪਾ ਕਰਕੇ ਆਪਣੀਆਂ ਪੌੜੀਆਂ ਮੰਨ ਕੇ ਰਹੋਗੇ ਚੰਗੇ ਤੇ ਜੇ ਤੁਸੀਂ ਇੱਥੇ ਖੜੇ ਰਹਿ ਥੱਕ ਜਾਓਗੇ ਤੇ ਹੁਣ ਤੁਹਾਡਾ ਥਾਂ ਮਿਲ ਜੂਗਾ ਇੱਥੇ ਇਕੱਠ ਬਹੁਤ ਜ਼ਿਆਦਾ ਹੋ ਜਾਣਾ ਤੇ ਪੁਲਿਸ ਵੀ ਬਾਈ ਸਾਡੀ ਤਿੰਨਾਂ ਜ਼ਿਲ੍ਹਿਆਂ ਦੀ ਆ ਰਹੀ ਆ ਤੇ ਤੁਸੀਂ ਸਾਡੇ ਵੀਰ ਪ੍ਰੇਮ ਨਾਲ ਮੈਚ ਵੇਖਣ ਆਏ ਆ ਤੁਹਾਡਾ ਧੰਨਵਾਦ ਕਰਦੇ ਆ ਸਾਡੀ ਬੇਨਤੀ ਵੀ ਪ੍ਰਵਾਨ ਕਰ ਲਓ ਜਨੇਰ ਅਸੀਂ ਮਹੀਨਿਆਂ ਬੱਧੀ ਇਹ ਭਜਸ ਕਰਕੇ ਇੱਥੇ ਤੋਂ ਕਰਮ ਲਿਆਏ ਕੰਮ ਲੱਗੀਦਾ ਇਹ ਕੀਤਾ ਤਾਂ ਭਗਤ ਬਾਬਾ ਦੁਨੀ ਚੰਦ ਜੀ ਦੇ ਨਾਂ ਨੂੰ ਹੀ ਆ ਉਹ ਹੀ ਸਭ ਕਕਰਾ ਰਹੇ ਆਪੇ ਆਪ ਤੇ ਤੁਸੀਂ ਸਾਡੀ ਬੇਨਤੀ ਮੰਨ ਕੇ जनेर अगे भेजो जी हुण जनेर ते सुरिंग वाला आउण दिओ अगे धर्मकोट ते जीरा गुरदित्ती वाला ते तलवंडी भाई ਲੇਕੇ ਰੋੜੀ ਕਪੂਰਾ ਰੰਡਿਆਲਾ ਤੇ ਟੋਰਮਣ ਲੱਲੇ ਪੁੱਟੋ ਕਰਬ ਪੜਾਣਾ ਇਹ ਟੀਮਾਂ ਨੂੰ ਅਸੀਂ ਵਾਰ ਵਾਰ ਬੇਨਤੀਆਂ ਹੁਣ ਤਾਂ ਬੇਨਤੇ ਕਰਦੇ ਆ ਸੋ ਸਮੇਂ ਸਿਰ ਆਓ ਦੋਸਤੋ। ਹਾਂਜੀ ਸਰਪੰਚ ਕੁਲਦੀਪ ਸਿੰਘ ਆਓ ਬਾਈ ਜੀ ਦਰਸ਼ਨ ਵੀਰੋ ਖਿਡਾਰੀ ਵੀਰੋ ਸਮੁੱਚੀ ਸਾਧ ਸੰਗਤ ਜੀ ਮੈਂ ਸਿਰਫ ਦੋ ਤਿੰਨ ਸ਼ਬਦ ਤੁਸੀਂ ਭਗਤ ਬਾਬਾ ਦੁਨੀ ਚੰਦ ਬਾਰੇ ਕਹਿਣਾ ਤੁਹਾਨੂੰ ਦੱਸਣ ਲੱਗਾ ਹੈ ਕਿ ਜਿਹੜੇ ਗੱਡੀ ਵਾਲੇ ਟਰਾਂਸਪੋਰਟਰ ਬਾਰ ਬਾਰ ਬਾਇਆ ਦਾ ਖੁੱਲਾ ਗੱਫਾ ਕਿਉਂ ਕਰ ਰਹੇ ਆ ਸਾਡਾ ਨਾਲ ਕਿਸ ਤਰ੍ਹਾਂ ਪ੍ਰੇਮ ਹੋਇਆ ਤੇ ਮੈਂ ਤੁਹਾਨੂੰ ਥੋੜੇ ਜਿਹੇ ਸਮੇਂ ਵਿੱਚ ਦੱਸਣ ਲੱਗਾ ਕਿ ਜਿਹੜੇ ਇਹ ਖਰਬਾੜ ਚ ਖੁੱਲਣ ਦੀ ਪਰੰਪਰਾ ਕਿੱਥੋਂ ਸ਼ੁਰੂ ਹੋਈ ਇਹ ਸਾਡੇ ਜਦੋਂ ਭਗਤ ਬਾਬਾ ਦੁਨੀ ਚੰਦ ਜੀ ਬੜੀ ਧਿਆਨ ਨਾਲ ਸੁਣੋ ਤੁਹਾਡੇ ਸੁਣ ਵਾਲੀ ਆ ਭਗਤ ਬਾਬਾ ਦੁਨੀ ਚੰਦ ਜੀ ਨੂੰ ਮੈਂ ਆਪਣੇ ਅੱਖਾਂ ਨਾਲ ਵੇਖਿਆ ਅਲਫਨਗਰ ਰਹਿੰਦੇ ਸੀ ਅਲਫਨਗਰ ਸਾਡੇ ਗੁਆਂਢ ਵਿੱਚ ਮੇਰੇ ਚਾਚਾ ਜੀ ਦੇ ਘਰ ਖੰਡਪੜ ਖੁੱਲਿਆ ਸੀ ਉੱਥੇ ਬੜੀ ਪ੍ਰੇਮ ਨਾਲ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸੁਣਿਆ ਬਾਣੀ ਸੁਣੀ ਐਂ ਜਦੋਂ ਬਾਣੀ ਸੁਣਦੇ ਸੀ ਤੇ ਮਸਤ ਹੋਏ ਬੈਠੇ ਸੀ ਉਹਨਾਂ ਨੂੰ ਪਤਾ ਨਹੀਂ ਪਈ ਕਿੱਥੇ ਬੈਠੇ ਆ ਮੈਂ ਛੋਟਾ ਜਿਹਾ ਸਾ ਮੈਂ ਉਹਨਾਂ ਨੂੰ ਆਪਣੀ ਅੱਖਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣਦਿਆਂ ਉਸ ਘਰ ਵਿੱਚ ਵੇਖਿਆ ਅੱਛਾ ਫਿਰ ਉਸ ਸਮੇਂ ਸਾਡੇ ਸਵਰਗੀ ਮੇਰੇ ਚਾਚਾ ਜੀ ਸਰ ਦਲੀਪ ਸਿੰਘ ਸਾਕਾ ਸਰਪੰਚ ਉਸ ਵੇਲੇ ਸਰਪੰਚ ਸਨ ਉਹਨਾਂ ਦੀਆਂ ਘਰੇ 6 ਲੜਕੀਆਂ ਸੀ ਉਦੋਂ ਸਵਰਨ ਸਿੰਘ ਹੋਰੀਆ ਗਾਉਣ ਆਉਂਦੇ ਸਨ ਉਹਨਾਂ ਨੇ ਉਹਨਾਂ ਦੇ ਘਰ ਵਿੱਚ ਠਹਿਰੇ ਸੀ ਉਹਨਾਂ ਨੇ ਮਤਲਬ ਸਰਪੰਚ ਸਾਹਿਬ ਨੂੰ ਪੁੱਛਿਆ ਕਹਿੰਦੇ ਮੇਰੇ 6 ਲੜਕੀਆਂ ਲੜਕਾ ਕੋਈ ਨਹੀਂ ਉਹਨਾਂ ਨੇ ਅਰਦਾਸ ਬੇਨਤੀ ਕੀਤੀ ਲਹੋਰੀਆ ਸਾਹਿਬ ਨੇ ਉੱਤੇ ਕਿ ਮਹਾਰਾਜ ਅਗਲੀ ਵਾਰ ਇਹਨਾਂ ਦੇ ਘਰੇ ਲੜਕਾ ਹੋਵੇ ਤੇ ਖੰਡ ਪਾਠ ਖਾਣਗੇ ਪਹਿਲਾਂ ਇੱਕ ਦੋ ਮੇਰੇ ਕੋਈ ਖੰਡ ਪਾਠ ਨਹੀਂ ਖੁੱਲਿਆ ਛੋਟਾ ਜਿਹਾ ਸਮਾਗਮ ਹੁੰਦਾ ਸੀ ਅਸੀਂ ਵੇਖਿਆ ਉਹ ਗੁਰਦੁਆਰਾ ਸਾਹਿਬ ਵਿੱਚ ਹੀ ਥੋੜਾ ਜਿਹਾ ਇਕੱਠ ਹੁੰਦਾ ਸੀ ਉਸ ਤੋਂ ਬਾਅਦ ਇੱਕ ਖੰਡ ਪਾਠ ਸ਼ੁਰੂ
जो उन्होंने अगले बार बाबे ने कृपा की घरे बच्चा होया जिसका नाम चंद सिंह रखा जो सारे खंड पाठ कुल 576 खंड पाठ हुए जिन्हां पाठां दे भोग पैणे 194 आ सारे कुल 770 खंड पाठां दे भोग पै रहे आ जिन्हां दीआं लड़ियां 6-8 तरीक तक चलनियां ਇਹ ਜਿਹੜੀਆਂ ਲੜੀਆਂ 14 ਫਰਵਰੀ ਤੋਂ 3 ਫਗਣ ਤੋਂ ਲੈ ਕੇ 8 ਮਾਰਚ 25 ਫਗਣ ਤੱਕ ਚੱਲਣੀਆਂ ਸੋ ਪਹਿਲਾਂ ਸਾਰੇ ਜਿਹੜੇ ਬਜ਼ੁਰਗ ਸੀ ਉਹ ਗੱਡਾ ਵਾਹ ਹੁੰਦੇ ਸੀ 50 ਰੁਪਏ ਦੇ ਕਿਰਾਏ ਤੇ ਉਹ ਲੁਧਿਆਣੇ ਜਾਂਦੇ ਸੀ ਜਦੋਂ ਸਾਡੇ ਬਜ਼ੁਰਗ ਉਹਨਾਂ ਦੇ ਬੜੇ ਪ੍ਰੇਮੀ ਸਨ ਮੱਥਾ ਟੇਕਣ ਗਏ ਦੂਸਰੇ ਬੰਦੇ ਕੁਛ ਨਾਰਾਜ਼ ਹੁੰਦੇ ਸੀ ਵੀ ਤੁਸੀਂ ਸਾਨੂੰ ਕਰ ਦਿੰਦੇ ਆ ਜਦੋਂ ਬਜ਼ੁਰਗ ਦੂਜੀ ਵਾਰ ਗਏ ਬਾਬਾ ਜੀ ਮੈਂ ਲੁਧਿਆਣੇ ਜਾਣਾ ਮੇਰਾ ਗੱਡਾ ਜੋੜਿਆ ਖੜਾ ਉਹਨਾਂ ਨੇ ਖੁਸ਼ ਹੋ ਕੇ ਆਖਿਆ ਗੁਰਦਿਆਲ ਸਾਹਿਬ ਤੂੰ ਗੱਡੀਆਂ ਦੀਆਂ ਗੱਲਾਂ ਕਰਦਾ ਗੱਡਿਆਂ ਦੀਆਂ ਗੱਲਾਂ ਕਰਦਾ ਇੱਥੇ ਗੱਡੀਆਂ ਭੂਕਣਗੀਆਂ ਉਹ ਬਾਬੇ ਨੇ ਐਸੀ ਕਿਰਪਾ ਕੀਤੀ ਸਾਡੇ ਤੇ ਕਿਰਪਾ ਕੀਤੀ ਗੱਡੀਆਂ ਭੂਕੀਆਂ ਤੇ ਇਸ ਦੀਆਂ ਵੀ ਗੱਡੀਆਂ ਭੂਕੀਆਂ ਇਸ ਮੁੱਦੇ ਲੱਖ ਦੀਆਂ ਵੀ ਗੱਡੀਆਂ ਭੂਕੀਆਂ ਸੋ ਇਸੇ ਤਰ੍ਹਾਂ ਸਾਡਾ ਇਸ ਪਿੰਡ ਦੇ ਜਿਹੜੇ ਬਾਹਰਲੇ ਸੱਜਣਾ ਜਿਹੜੇ ਟਰਾਂਸਪੋਰਟ ਵੀਰ ਆ ਉਹ ਜਿਹੜੀ ਸੁੱਖ ਸੁਖਦੇ ਆ ਪੂਰੀ ਹੋ ਜਾਂਦੇ ਆ ਤੇ ਭਾਈ ਉਹ ਉੱਥੇ ਆਪਣਾ ਜਿਹੜਾ ਫਿਰ ਕਾਰੋਬਾਰ ਚਲਾਉਂਦੇ ਆ ਬਾਬੇ ਨੂੰ ਜ਼ਰੂਰ ਮੰਨਦੇ ਆ ਸੋ ਮੈਂ ਦੱਸਣ ਲੱਗਾ ਵੀ ਇੱਥੇ ਜਿਹੜਾ ਵੀ ਕੋਈ ਸਰਦਾ ਭਾਵਨਾ ਨਾਲ ਆਪਣੇ ਆ ਕੇ ਸੁੱਖ ਜਾਂਦਾ ਉਹਦੀ ਸੁੱਖ ਪੂਰੀ ਹੋ ਜਾਂਦੀ ਆ ਜਿਹੜੇ ਲਾਮਾ ਦੇ ਪਿੰਡਾਂ ਦੇ ਹੈਗੇ ਆ ਉਹਨਾਂ ਦਾ ਵੀ ਬਈ ਬਹੁਤ ਲੰਗਰ ਉੱਥੇ ਚੱਲਦਾ ਹੈ ਲਾਮਾ ਦੇ ਪਿੰਡਾਂ ਦੇ ਇੱਥੇ ਹੁਣ 100 ਕੁਇੰਟਲ ਆਟਾ ਪਿਆ ਗੱਡੀਆਂ ਵਾਲੇ ਗੰਡੇ ਗੁਹਾਟੀ ਦੀ ਆਉਂਦੀ ਆ ਇੱਥੇ ਕਿਸੇ ਚੀਜ਼ ਦਾ ਕੁਛ ਨਹੀਂ ਬਿਆਨਤ ਕੰਮ ਹੋ ਰਿਹਾ 13 ਡਰਮ ਦੁੱਧ ਦੇ ਟੋਲਾ ਵਾਲੇ ਨੇ ਦਿੱਤੇ ਆ ਦੋ ਗੱਟੇ ਖੰਡ ਦਿੱਤੇ ਆ ਦੋ ਗੱਟੇ ਦਾਲਾਂ ਦਿੱਤੇ ਆ ਤੇ ਆਟਾ ਆਉਂਦਾ ਲਹਿਰੇ ਵਾਲੀ ਸੰਗਤ ਵੀ ਇਸੇ ਤਰ੍ਹਾਂ ਜਿਹੜੇ ਪੱਠੀ ਸਿੰਘ ਉਹਨਾਂ ਦੇ ਰੋਟੀ ਵਾਸਤੇ ਪ੍ਰਸ਼ਾਦ ਕੇ ਜਾਂਦੇ ਆ ਸੋ ਬਾਈ ਇਹ ਜਿਹੜਾ ਸ਼ਾਦਾ ਭਾਵਨਾ ਸਾਹਿਤ ਜੋ ਵੀ ਕੁਛ ਸੁੱਖਣਾ ਸੁੱਖਦਾ ਨਾ ਉਹਨਾਂ ਦੀ ਪੂਰੀ ਹੋ ਜਾਂਦੀ ਆ ਹੋਰ ਅਨੇਕਾਂ ਗੱਲਾਂ ਜਿਹੜੀਆਂ ਮੈਂ ਦੱਸਾਂ ਤਾਂ ਬਹੁਤ ਲੰਮਾ ਸਮਾਂ ਤੱਕ ਲੱਗ ਜੂਗਾ ਜੇਕਰ ਕੋਈ ਮਾੜੀ ਭਾਵਨਾ ਇੱਥੇ ਆਉਂਦਾ ਭਰਾਵਾ ਜੋ ਉਹਨਾਂ ਨਾਲ ਹੁੰਦਾ ਉਹ ਅਸੀਂ ਦੱਸ ਨਹੀਂ ਸਕਦੇ ਇਸ ਕਰਕੇ ਮੇਰੇ ਵੀਰ ਸਾਰੇ ਨੇਕ ਨੀਤੀ ਵਧੀਆ ਭਾਵਨਾ ਲੈ ਕੇ ਆਓ ਤੇ ਖੁਸ਼ੀਆਂ ਪ੍ਰਾਪਤ ਲੈ ਕੇ ਜਾਓ ਖੁਸ਼ੀਆਂ ਪ੍ਰਾਪਤ ਕਰਕੇ ਜਾਓ ਇਸੇ ਇੰਨਾ ਕੁਛ ਕਹਿੰਦੇ ਫਿਲਮਾਂ ਦੇ ਜੱਜਕਾਂ ਜੇ ਕੋਈ ਵੱਧ ਘੱਟ ਕਰ ਗਿਆ ਵਾ ਤੇ ਸਾਧ ਸੰਗਤ ਮਾਫਨ ਜੋਗਾ ਸੋ ਇਹ ਬਾਬਾ ਜਰਾ ਹੈ ਕੋਈ ਏਡਾ ਵੱਡਾ ਕਾਠ ਤੇ ਇੰਨੇ ਵੱਡੇ ਪੈਸੇ ਸਾਨੂੰ ਨਹੀਂ ਕੋਈ ਦਿੰਦਾ ਅਸੀਂ ਤਾਂ ਇੱਕ ਨਿਮਾਣੇ ਜੇ ਸੇਵਾਦਾਰ ਮੂਰਖ ਜੇ ਤੁਸ਼ਬੁਰੀ ਵਾਲੇ ਬੰਦੇ ਆ ਜਦੋਂ ਇਹ ਸੇਵਾਦਾਰ ਕਿਸੇ ਇਹਦੀ ਜਗ੍ਹਾ ਤੇ ਬੈਠ ਕੇ ਕੋਈ ਅਰਦਾਸ ਫਤ ਕਰਦੀ ਹੈ ਸੇਵਾਦਾਰ ਦੇ ਰੂਪ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਨਾਲ ਪੂਰੀ ਕਰ ਦਿੰਦਾ ਤੇ ਸੋ ਉਹ ਉਦੋਂ ਹੁੰਦਾ ਜਦੋਂ ਅਸੀਂ ਹਾਜ਼ਰ ਚੁਣੇ ਆ ਸੋ ਇਹ ਕੁਛ ਕਹਿੰਦਾ ਖਿਮਾ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਲੋ ਜਨੇਰ ਦੀ ਟੀਮ ਮੇਰੇ ਮਿੱਤਰੋ ਮਹੀਆਂ ਵਾਲੇ ਨਗਰ ਵਾਲੇ ਪਾਸੇ ਹੈ ਜਨੇਰ ਸੁਸਿੰਘ ਵਾਲੇ ਦੀ ਟੀਮ ਜੀਟੀ ਰੋਡ ਦੀ ਸਾਈਡ ਸੋ ਵਾਹ ਬਈ ਵਾਹ ਵਾਹ ਵੀ ਸ਼ਕੀਨਾ ਕਬੱਡੀ ਉਹ ਤੋਂ ਅਗਲੇ ਮੈਚਾਂ ਲਈ ਫਿਰ ਬੇਨਤੀ ਹੈ ਵੀ ਧਰਮਕੋਟ ਤੇ ਜੀਰਾ ਫਰੈਂਡਸ ਕਲੱਬ ਗਗਨ ਸਿੱਖਵਾਂ ਵਾਲੇ ਨੂੰ ਅੱਜ ਦੇ ਖੇਡੇ ਤੇ ਜੀਰਾ ਫਰੈਂਡਸ ਕਲੱਬ ਵਾਲੇ ਸਨਮਾਨਿਤ ਕਰਨਗੇ ਜੀਰਾ ਫਰੈਂਡਸ ਕਲੱਬ ਵਾਲੇ ਮਾਣਯੋਗ ਮਿੱਤਰ ਸਾਡੇ ਪਲੇਅਰ ਵੀਰ ਗਗਨ ਸਿੱਖਵਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਔਰ ਚੱਲ ਵੀ ਸੁਣਿਆ ਉਧਰਲੇ ਬੰਨੇ ਨੌਜਵਾਨ ਜਨੇਰੀਏ ਦੀ ਪਾਈ ਹੋਈ ਕਬੱਡੀ ਜਨੇਰ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਇਹ ਛੀਆਂ ਮਾਵਾਂ ਦੇ ਸ਼ੇਰ ਪੁੱਤ ਕਬੱਡੀ ਦੇ ਨਾਲ ਡਾਡਾ ਇਸ਼ਕ ਰੱਖਣ ਵਾਲੇ ਡਾਡਾ ਮੋਹ ਰੱਖਣ ਵਾਲੇ ਨੌਜਵਾਨ ਅੱਜ ਬਾਬਾ ਦੁਨੇ ਚੰਦੀ ਇਸ ਧਰਤੀ ਤੇ ਆਪ ਆਪਣੇ ਜੋਰਾਂ ਨੂੰ ਪਕੜਨ ਦੇ ਲਈ ਪਹੁੰਚੇ ਨੇ ਤੀਜਾ ਫੁੱਟਬਾਲ ਤੇ ਕਬੱਡੀ ਟੂਰਨਾਮੈਂਟ ਪਿੰਡ ਰਾਜੇਆਣਾ ਦੀ ਧਰਤੀ ਨੇੜੇ ਬਗਾ ਪੁਰਾਣਾ ਕਰਾਇਆ ਜਾ ਰਿਹਾ ਹੈ ਕਬੱਡੀ ਓਪਨ 70 ਕਿਲੋ 62 ਕਿਲੋ 42 ਕਿਲੋ ਫੁੱਟਬਾਲ ਓਪਨ ਫੁੱਟਬਾਲ 60 ਕਿਲੋ 8 9 10 11 ਮਾਰਚ ਨੂੰ ਦੋਸਤੋ ਇਹ ਖੇਡਾਂ ਨੇ ਜਿਹੜੀਆਂ ਉੱਥੇ ਕਰਵਾਈਆਂ ਜਾ ਰਹੀਆਂ ਸਾਬਕਾ ਵਿਧਾਇਕ ਸਵਰਗਵਾਸੀ ਸਰਦਾਰ ਸਾਧੂ ਸਿੰਘ ਜੀ ਰਾਜੇਆਣਾ ਉਹਨਾਂ ਦੇ ਨਗਰ ਦੇ ਵਿੱਚ 10 ਤੇ 11 ਤਰੀਕ ਨੂੰ ਕਬੱਡੀ ਦੇ ਲਾਸਟ ਜਿਹੜੇ ਮੈਚ ਕਰਵਾਏ ਜਾਣੇ ਹੈ ਵਾਬੇ ਚੱਲ ਵੀ ਸੁਣਿਆ ਅਦਰਲੇ ਬੰਨੇ ਹੋ ਨੌਜਵਾਨ ਪਹਿਲਵਾਨ ਜਨੇਰ ਕਬੱਡੀ ਪਾਉਂਦਾ ਹੋਇਆ ਹਾਂਜੀ ਸਾਡੇ ਐਸਐਚਓ ਜੀਰਾ ਸਾਡੇ ਦਰਮਿਆਨ ਪਹੁੰਚ ਗਿਆ ਅਸੀਂ ਉਹਨਾਂ ਦਾ ਸਪੋਰਟਸ ਕਲੱਬ ਵੱਲੋਂ ਸਮੁੱਚੀ ਸਾਧ ਸੰਗਤ ਵੱਲੋਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਐਸਐਚਓ ਜੀਰਾ
चलो शकीना इधरले बने दिख रहे हैं नौजवान सूर सिंह वालिया कौड़ी कौड़ी करता होया वाह शकीना गोरे दी पाई हुई कबड्डी बच के पसी करा तू लक्ष्मण बैग इथे पहुंच किया गुम होया हां जी ला देने जी हुणे मेरे ख्याल जिथे इथे खड़ जा कोई बैग मिल जूगा आजा भाण थोड़ा जी ਬੈਗ ਗੁੰਮ ਹੋਣ ਦੀ ਸੂਚਨਾ ਮੈਨੂੰ ਲੱਗਦਾ ਸਾਡੇ ਸੈਕਟਰੀ ਸਾਹਿਬ ਹੁਣਾਂ ਨੇ ਸਾਂਝੀ ਕੀਤੀ ਸੀ ਆਵਾਮ ਦੇ ਨਾਲ ਸੋ ਭਾਈ ਉਹ ਬੈਗ ਦੇ ਮਾਲਕ ਆ ਗਏ ਨੇ ਸੋ ਇਹਨਾਂ ਦੇ ਨਾਲ ਰਾਬਤਾ ਕਾਇਮ ਕਰ ਲਓ ਵਾਸ਼ਕੀ ਹੈਲੋ ਹਾਂਜੀ ਹਾਂਜੀ ਵੀਰ ਜੀ ਜੀ ਬੈਗ ਆ ਸਾਡੇ ਕੋਲ ਤੇ ਪਹੁੰਚ ਜੇ ਬੈਗ ਸਾਡੇ ਕੋਲੇ ਆ ਆ ਜਾਓ ਲੈ ਜਾਓ ਇਹ ਬੈਗ ਸਾਡੇ ਕੋਲੇ ਆ ਚੱਲ ਵੀ ਕਿਨਾ ਇਸ ਤੋਂ ਅੱਗੇ ਜੀ ਜੀਰਾ ਦੇ ਧਰਮਕੋਟ ਜੀਰਾ ਦੇ ਧਰਮਕੋਟ ਕਰਦਿੱਤੀ ਵਾਲਾ ਤਲਵੰਡੀ ਭਾਈ ਤੱਲੇ ਕੇ ਰੋੜੀ ਕਪੂਰਾ ਆਇ ਰੱਖ ਨੌਜਵਾਨ ਲਵਾ ਨਹੀਂ ਰੀਸਾਂ ਗਬਦੀਆਂ ਜਿੱਥੇ ਪੱਪ ਧਰਦਾ ਧਰਤੀ ਨੂੰ ਤਰੇੜਾਂ ਪੈਂਦੀਆਂ ਨੇ ਔਰ ਫੈਸਲਾ ਨਵੇਂ ਕਿਲੇ ਆਪਣਾ ਬਰਾੜ ਸਾਹਿਬ ਦੱਸਦੇ ਨੇ ਹਰੀ ਕਰਾਉ ਵਾਲੇ ਔਰ ਤੇ ਸੋਚ ਵਿਚਾਰ ਕੇ ਲਵੇਰੀਆਂ ਡਗਾਈਆਂ ਦੇ ਨਾਲ ਫੈਸਲੇ ਦਿੱਤੇ ਜਾਂਦੇ ਨੇ ਬੜੇ ਤਜਰਬੇਕਾਰ ਰੈਫਰੀ ਨੇ ਔਰ ਇੱਕ ਇੱਕ ਲਾਈਨਮੈਨ ਲਾਇਆ ਹੋਇਆ ਅੰਪਾਇਰ ਸੋ ਦਿਖਦੇ ਹੈ ਬਈ ਫੈਸਲਾ ਇੱਥੇ ਕਿਸੇ ਦਾ ਕੋਈ ਪੱਖਪਾਤੀ ਨਹੀਂ ਔਰ ਚੱਲੋ ਕਿਨਾ ਨਿਰੀਸਾ ਗਬਰੂ ਦੀ ਪੈਂਦੀ ਕਬੱਡੀ ਨੂੰ ਸਾਰਾ ਜੱਗ ਤੱਕਦਾ ਬਲਹਾਰੇ ਜਾਵਾਂ ਨੌਜਵਾਨ ਦੇ ਬਹੁਤ ਹੀ ਖੂਬਸੂਰਤ ਮੁਕਾਬਲੇ ਅੱਜ ਤੁਹਾਡੀ ਨਜ਼ਰ ਵਾਹ ਵਾਹ ਸੋ ਮੈਚਾਂ ਦੇ ਲਿਖੇ ਜੋਖੇ ਇਸ ਤਰ੍ਹਾਂ ਹੈ ਜਨੇਰ 5 ਪੁਆਇੰਟ ਨੇ ਸੁਰ ਸਿੰਘ ਵਾਲਾ 8.5 8.5 ਸੁਰ ਸਿੰਘ ਵਾਲਾ ਜਿੱਤੂ ਰਿਹਾ ਸੋ ਚਿੱਟੀਆਂ ਕਪਾਹ ਦੀਆਂ ਫੁੱਟੀਆਂ ਵਰਗੀ ਧੁੱਪ ਖਾਦੀਆਂ ਚੂਈਆਂ ਤੇ ਚੁੰਗੀਆਂ ਬੁਰੀਆਂ ਦਾ ਮੁੱਲ ਅੱਜ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੀ ਇਸ ਮਾਰਤੀ ਧਰਤੀ ਤੇ ਹੈ ਐਵੇਂ ਨਹੀਂ ਅਮਰੀਕ ਤਲਵੰਡੀ ਵਰਗੇ ਕਿਸੇ ਪ੍ਰਪੱਖ ਤੇ ਸੂਝਵਾਨ ਸ਼ਾਇਰ ਨੇ ਲਿਖਿਆ ਵਧੀਆ ਬੰਦੇ ਕਿੱਥੇ ਵਾਸਤੇ ਜਗ ਨੂੰ ਚਾਨਣ ਕਰ ਜਾਏਗੀ ਜੀਰੇ ਵਰਗੇ ਯਾਰ ਨਹੀਂ ਲੱਭਣੇ ਲੱਭੀ ਜਿੰਦੇ ਮਰ ਜਾਏਗੀ ਡੀਰੇ ਵਰਗੇ ਯਾਰ ਨਹੀਂ ਲੱਭਣੇ ਲੱਭਦੀ ਜਿੰਦੇ ਮਰ ਜਾਏਗੀ ਵਧੀਆ ਬੰਦੇ ਕਿੱਥੇ ਵਾਸਤੇ ਜਗ ਨੂੰ ਚਾਨਣ ਕਰ ਜਾਏਗੀ ਸੋ ਇਹ ਯਾਰਾਂ ਦੇ ਯਾਰ ਹੈ ਜਿੱਥੇ ਯਾਰੀਆਂ ਦੀ ਉਦਾਹਰਨ ਦਿੱਤੀ ਜਾਂਦੀ ਹੈ ਜਿੱਥੇ ਸਜਤਾਈਆਂ ਦੇ ਗੁਣਾਂ ਨੂੰ ਯਾਦ ਕੀਤਾ ਜਾਂਦਾ ਹੈ ਸੋ ਮਾਣ ਹੈ ਇਸ ਵਾਕੇ ਨੂੰ ਜਿਹਦੇ ਨਾਲ ਜਿੰਨੇ ਵੀ ਨਗਰ ਜੁੜੇ ਹੋਏ ਨੇ ਸੁਣਨ ਲਈ ਮਾਣ ਹੈ ਫਕਰ ਹੈ ਜੋ ਅਮਰੀਕ ਤਲਵੰਡੀ ਨੇ ਮਾਣ ਦਿੱਤਾ ਕਿ ਵਧੀਆ ਬੰਦੇ ਕਿੱਥੇ ਵਸਦੇ ਜਗ ਨੂੰ ਚੰਨਣ ਕਰ ਜਾਏਗੀ ਜਿਹਦੇ ਵਰਗੇ ਯਾਰ ਨਹੀਂ ਲੱਭਣੇ ਲੱਭੀ ਜਿੰਦੇ ਮਰ ਜਾਏਗੀ ਸੋ ਮੇਰਾ ਛੋਟਾ ਵੀਰ ਅਮਨ ਲੋਕੋ ਇਹਨਾਂ ਯਾਰਾਂ ਦੀ ਗੱਲ ਕਰਦੇ ਰਹੇ ਸਾਡੇ ਦਰਮਿਆਨ ਪਹੁੰਚਿਆ ਸੋ ਯਾਰਾਂ ਨਾਲ ਬਹਾਰਾਂ ਮੇਲੇ ਮਿੱਤਰਾਂ ਦੇ ਅਗਲੀਆਂ ਬਹਾਰਾਂ ਜਿਹੜੀਆਂ ਨੇ ਉਹ ਜੀਰਾ ਫਰੈਂਡ ਕਲੱਬ ਧਰਮਕੋਟ ਉਸ ਅਗਲੀਆਂ ਟੀਮਾਂ ਜਿਹੜਾ ਗੁਰਦਿੱਤੀ ਵਾਲਾ ਤਲਵੰਡੀ ਭਾਈ ਜਿਹੜੀ ਟੀਮ ਗਰਾਊਂਡ ਦੇ ਵਿੱਚ ਵਣਵੀਰ ਪਹਿਲਾਂ ਆਵੇਗੀ ਉਹਦੀ ਕਬੱਡੀ ਉਤਲੇ ਬੰਨੇ ਨਾਲ ਦੇ ਨਾਲ ਦੱਸੀ ਜਾਏ ਉਹ ਵੀ ਆਪਣੇ ਸੱਜਣ ਬੈਠੇ ਨੇ ਕਾਪੀ ਪੀਣ ਲਈ ਉੱਥੇ ਰੈਫਰੀ ਜਾਂ ਕਮੈਂਟੇਟਰ ਕਿਸੇ ਦੀ ਟੈਨਸ਼ਨ ਨਹੀਂ ਉਧਰ ਬਨੇ ਤੁਸੀਂ ਪਿੱਛੇ ਲਾ ਕੇ ਆਉਣਾ ਸਮੁੱਚੀ ਟੀਮ ਦਾ ਪਹੁੰਚਣਾ ਅਤਿ ਜ਼ਰੂਰੀ ਹੈ ਸੋ ਆਓ ਫਿਰ ਦੇਖਦੇ ਹਾਂ ਮਾਲਵੇ ਮਸ਼ਹੂਰ ਨਗਰ ਜ਼ਿਲ੍ਹਾ ਫਿਰੋਜ਼ਪੁਰ ਦੇ ਮਾਨਮੱਤੇ ਨਗਰ ਦੇ ਵਿੱਚ ਦੂਰੋਂ ਦਰੇਡੇ ਆਏ ਸਾਰੇ ਦਰਸ਼ਕ ਵੀਰਾਂ ਦੇ ਰਿਣੀਆਂ ਧੰਨਵਾਦੀਆਂ ਅਗਲੀਆਂ ਮਾਈਕ ਤੇ ਕਬੱਡੀਆਂ ਲਈ ਮੇਰਾ ਛੋਟਾ ਵੀਰ ਅਮਨ ਲੋਪੋ ਹੈਲੋ ਹਾਂਜੀ ਅਸੀਂ ਬੀ ਪੂਲ ਦੀਆਂ ਟਾਈਆਂ ਕੱਢਣ ਲੱਗੇ ਹਾਂ ਜੇ ਕੋਈ ਟੀਮ ਐਂਟਰ ਹੋਣਾ ਚਾਹੁੰਦੀ ਆ ਦੋ ਟੀਮਾਂ ਦੀ ਗੁੰਜਾਇਸ਼ ਹੈ ਸਾਡੇ ਕੋਲੇ ਦੋ ਟੀਮਾਂ ਦੀ ਗੁੰਜਾਇਸ਼ ਆ 5 ਮਿੰਟ ਦਾ ਟਾਈਮ ਦਿੱਤਾ ਜਾਂਦਾ ਉਸ ਤੋਂ ਬਾਅਦ ਟਾਈਆਂ ਕੱਢ ਦੇਣੀਆਂ ਫਿਰ ਕੋਈ ਟੀਮ ਐਂਟਰ ਨਹੀਂ ਕਰਨੀ ਇਸ ਕਰਕੇ ਖਿਡਾਰੀ ਵੀਰ ਨੂੰ ਬੇਨਤੀ ਆ ਕਿ 5 ਮਿੰਟ ਦੇ ਵਿੱਚ ਕੋਈ ਟੀਮ ਐਂਟਰ ਕਰਾਉਣੀ ਆ ਤਾਂ ਇੱਥੇ ਪ੍ਰਬੰਧਕ ਕੋਲ ਪਹੁੰਚ ਜਾਣ
हेलो साधु सर फकीर खोता दे असली मर्द सियाने जेड़े मुंह चो वाक निकल गए वो विरथे नहीं जाने साधु संत फकीर खोता दे असली मर्द सियाने भग बाबा दुनी चंद यादगार खेड स्टेडियम दे विच पंजाब दी धरती दा कहंदे नंबर एक खेड मेला कहा जाता मियां वाल कलां दी धरती ते इस वेले लगियां होईयां बड़ियां रौनकां खेड कबड्डी दियां। हैलो हाँ जी आ पुलिस कर्मचारी आ जिन्हें मेरे वीर दा नोट कर लो SHO जीरा साहब साडे दरम्यान पहुंच गया जिथे जिथे ड्यूटी लाईयां आपदे तैनात हो उन्हें चेक करना उन्हें वेखना है जेकर मेरे वीर पासे ऐसे आ तो आपदियां आपदी ड्यूटियां ते तैनात हो जाए ताकि उन्होंने पता लग जाए कि साडे कर्मचारी इत्थे खड़े आ कि धरत मावे दी महका इत्थे मेलियां चांदी एक रीत पुरानी है मालवे दा कहिंदे मशहूर जिला फौजपुर ते अज कहिंदे वी मियां वाले दा मशहूर कबड्डी टूर्नामेंट पूरे भर जुड़न ते है इस वे मैच खेडिया जा रहा है एक पासे पिंड वाली साइड फ्रेंच कबड्डी क्लब जीरे दी टीम ते दूसरे पासे धर्मकोट दी टीम है गुरदीती वाला ते तलवंडी भाई दीआं टीमां दे दरम्यान अगला मैच खेडिया जाणा है ਥੱਲੇ ਕੇ ਤੇ ਰੋਹਿਤ ਕਪੂਰਾ ਇਹ ਵੀ ਟੀਮਾਂ ਦੇ ਪਲੇਅਰ ਅਗਲੇ ਮੈਚਾਂ ਲਈ ਜਲਦੀ ਖੇਡ ਮੈਦਾਨ ਦੇ ਵਿੱਚ ਪਹੁੰਚ ਕਿ ਜਿਵੇਂ ਭਰਦੇ ਨੇ ਪੰਛੀ ਵਾਰੀ ਅਸਮਾਨਾਂ ਵਿੱਚ ਉਵੇਂ ਭਰਦੇ ਖਿਡਾਰੀ ਨੇ ਵਾਰੀ ਮੈਦਾਨਾਂ ਵਿੱਚ ਪਰਖੇ ਜਾਣੇ ਨੇ ਜੋਰ ਜਵਾਨਾਂ ਵਿੱਚ ਅੱਜ ਸਾਰਿਆਂ ਦੇ ਸਾਹਮਣੇ ਅੰਨ ਵਾਂਗੂ ਚਮਕੂਗਾ ਜਿਹੜਾ ਅੱਜ ਤਾਰਿਆਂ ਦੇ ਸਾਹਮਣੇ। ਹੈਲੋ ਹੈਲੋ ਆ ਵੀ ਇੱਕ ਹੈਂਡੀਕੈਪਟ ਵੀਰ ਆ ਬਾ ਇਹਨਾਂ ਵੇਟ ਚੁੱਕਿਆ ਇਹ ਗਰਾਊਂਡ ਦਾ ਗੇੜਾ ਲਾ ਰਿਹਾ ਵਿਚਾਰੇ ਤੋਂ ਤੁਰਿਆ ਤਾਂ ਜਾਂਦਾ ਨਹੀਂ ਲੱਤਾਂ ਕਿਸਕੜੀ ਸਕੇ ਤੁਰਦਾ ਹੈ ਇਹਦਾ ਵੀ ਮਾਨ ਸਨਮਾਨ ਵੀਰ ਤੁਹਾਡੇ ਅੱਗੇ ਬੇਨਤੀ ਕਰਦੀ ਆ ਵੀ ਇਹ ਗੇੜਾ ਲਾਉਂਦਾ ਜੋ ਦਾਨ ਪੁੰਨ ਕਰਨਾ ਇਹਨੂੰ ਵਿਚਾਰੇ ਨੂੰ ਤਿਲ ਫੁੱਲ ਭੇਟਾ ਕਰੋ। ਲਓ ਇਸ ਲਈ ਮੁਕਾਬਲਾ ਸਖਤ ਹੈ ਮੇਰੇ ਵੀਰੋ ਉਸੇ ਸਰਦਾਰ ਗੱਭਰੂ ਹੈ ਕੀ ਫੈਸਲਾ ਵੀ ਇਹ ਪਵਾਉਣ ਦਾ ਇਸ ਲਈ ਲੈ ਵੀ ਕਮਾਲ ਪੁਆਇੰਟ ਕੀਦਾ ਹੈ ਪੁਆਇੰਟ ਜਾਫੀ ਦਾ ਹੈ ਧਰਮਗੁਰ ਦੀ ਮੇਰੇ ਵੀਰੋ ਟੀਮ ਤੇ ਦੂਸਰੇ ਪਾਸੇ ਜੀਰੇ ਦੀ ਟੀਮ ਦੇ ਜਾਫੀ ਨੇ ਬਹੁਤ ਤਕੜਾ ਜਫਾ ਲਾ ਕੇ ਆਪਣੀ ਟੀਮ ਲਈ ਲੱਖਾਂ ਜਾਂ ਪੁਆਇੰਟ ਜੋੜ ਦਿੱਤਾ ਵੱਡਾ ਕਾਢਾ ਹੈ ਖੇਡ ਕਬੱਡੀ ਮੇਰੇ ਉਹ ਸ਼ਦਾਈ ਪੁੱਜੇ ਹੋਏ ਆ ਪੰਜਾਬੀ ਦੀ ਮੱਕ ਖੇਡ ਹੈ ਅੱਜ ਵੱਡਾ ਕਾਠ ਮੀਆਂ ਵਾਲੇ ਦੀ ਧਰਤੀ ਨੇ ਵੱਡੇ ਪ੍ਰਬੰਧ ਕੀਤੇ ਗਏ ਨੇ ਮੇਰੇ ਵੀ ਉਹ ਦੁਨੀਆ ਭਰ ਦੇ ਵਿੱਚ ਅੱਜ ਦਾ ਟੂਰਨਾਮੈਂਟ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਹੈ ਪਵਨ ਨਾਮ ਦਾ ਖਿਡਾਰੀ ਖੇਡ ਮੈਦਾਨ ਵਿੱਚ ਜੋ ਹੁਣ ਕਬੱਡੀ ਪਾ ਰਿਹਾ ਹੈ ਚਾਰ ਜਾਫੀ ਤਿਆਰ ਨੇ ਕਿ ਆ ਗਿਆ ਖਿਡਾਰੀ ਦੇ ਕੋ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਯਾਰੋ ਬਾਡੀਆਂ ਸ਼ਿੰਗਾਰੀਆਂ ਲੱਗੂਗਾ ਮੈਦਾਨ ਵਿੱਚ ਜ਼ੋਰ ਚੋਟੀ ਅੱਡੀ ਦਾ ਕੌਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇ ਇਸ਼ ਕਬੱਡੀ ਦਾ ਕੌਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇ ਇਸ਼ ਕਬੱਡੀ ਦਾ ਜਿਨ੍ਹਾਂ ਨੂੰ ਇਸ਼ਕ ਲੱਗਿਆ ਹੈ ਕੱਖਾਂ ਤੋਂ ਲੱਖਾਂ ਦੇ ਹੋ ਗਏ ਹੈ ਜੰਟਾ ਨਾਮ ਹੈ ਕਹਿੰਦੇ ਧਰਮਕੋਟ ਦੀ ਧਰਤੀ ਲੱਖੇ ਵਰਗੇ ਦੁਨੀਆ ਭਰ ਦੇ ਮਸ਼ਹੂਰ ਕਬੱਡੀ ਖਿਡਾਰੀਆਂ ਦਾ ਪਿੰਡ ਹੈ ਇੱਧਰ ਕਿਉਂ ਜਾਫੀਆਂ ਵਿੱਚੋਂ ਨੌਜਵਾਨ ਬਾਹਵੇ ਕੋਸ਼ਿਸ਼ ਕਰਦਾ ਕੋਈ ਹਾਕ ਮਾਰੇ ਕੋਈ ਮਾਰ ਧੋਬੀ ਕੋਈ ਭੱਜ ਕੇ ਪੱਟਾਂ ਨੂੰ ਆਮਦਾ ਹੈ ਮਿਹਰਦੀਨ ਦੀ ਲਈ ਕੋਈ ਗੱਲ ਹੈ ਭਾਵੇਂ ਉਹ ਭਲਵਾਨੀ ਹੈ ਤੇ ਭਾਵੇਂ ਕਬੱਡੀ ਦਾ ਮੈਦਾਨ ਹੈ ਵਾਕਈ ਢੁਕਦੀ ਹੈ। ਆ ਬਈ ਵੇਟਿੰਗ ਬਾਕਸ ਚ ਵਾਰਮ ਅਪ ਹੋ ਰਿਹਾ ਮੇਰਾ ਵੀ ਆ ਸ਼ੀਰਾਪਥੋ ਤੇ ਗੋਰੀ ਉਹ ਵੀ ਇਹ ਪਹੁੰਚੇ ਆ ਅਸੀਂ ਉਹਨਾਂ ਦਾ ਸਪੋਰਟਸ ਕਲੱਬ ਵਾਲੇ ਬਹੁਤ ਬਹੁਤ ਧੰਨਵਾਦ ਕਰਦੇ ਆ ਸ਼ੀਰਾ ਪਿੱਥੋ ਅਤੇ ਗੋਲੀ ਪਿੱਥੋ ਸਨਾਮਾਰ ਖਿਡਾਰੀ ਇੱਥੇ ਪਹੁੰਚੇ ਆ ਜੀ ਧੰਨਵਾਦ। ਇੱਧਰ ਕਹਿੰਦੇ ਪੁਆਇੰਟ ਧਾਵੀ ਦਾ ਉੱਧਰ ਗੱਲ ਕੀਤੀ ਗਈ ਪਿੱਥੋ ਪਿੰਡ ਦੇ ਸਰਦਾਰ ਗਿੰਦਰ ਸਿੰਘ ਚੌਹਾਨ ਦੇ ਪੁੱਤਰ ਦੀ ਜਿਸ ਨੌਜਵਾਨ ਨੇ ਇਸ ਖੇਡ ਸੀਜ਼ਨ ਦੇ ਵਿੱਚ ਕਹਿੰਦੇ 10 ਮੋਟਰਸਾਈਕਲ ਜਿੱਤਿਆ ਜ਼ੋਰਦਾਰ ਤਾੜੀਆਂ ਮਾਰ ਦੋ ਪਿੱਥੋ ਵਾਲੇ ਸ਼ੀਰੇ ਦੇ ਨਾਂ ਤੇ ਮੇਰੇ ਵੀਰੋ ਸ਼ੀਰਾ ਪਿੱਥੋ ਵਾਲਾ ਦੁਨੀਆ ਮਹਾਨ ਜਾਫੀ ਦਹਿਸ਼ਤ ਦੇ ਤੌਰ ਤੇ ਜਾਣਿਆ ਜਾਂਦਾ ਕਬੱਡੀ ਦੇ ਮੈਦਾਨਾਂ ਵਿੱਚ ਨਾਲ ਕਹਿੰਦੇ ਰਾਣੀ ਵਾਲੀਆ ਨਰਵੈਰ ਸਿੰਘ ਘੋਨੀ ਹੈ ਭਰਾਵਾਂ ਤੋਂ ਵੱਧ ਕੇ ਪਿਆਰ ਹੈ ਤਲਵੰਡੀ ਦੇ ਕਹਿੰਦੇ ਭਰਾਵਾਂ ਦੀ ਜਿਹੜੀ ਬੜੀ ਮਸ਼ਹੂਰ ਹੈ ਰਣੀ ਤੇ ਗਗਨੀ ਦੀ ਨਾਲ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜ ਗਈ ਟੀਮ ਜੀਰੇ ਦੀ ਟੀਮ ਮੇਰੀ ਪ੍ਰਬੰਧਕੀ ਕਮੇਟੀ ਨੂੰ ਬੇਨਤੀ ਜਿਹੜੇ ਸਾਰੇ ਵੀ ਨੋਟ ਕਰ ਰਹੇ ਹਨ ਨੋਟ ਕਰ ਲੈਣ ਫ੍ਰੈਂਚ ਕਬੱਡੀ ਕਲੱਬ ਜੀਰੀ ਟੀਮ ਜਿਹੜੀ ਇਸ ਮੈਚ ਦੀ ਵਿਨਰ ਟੀਮ ਰਹੀ ਹੈ। ਗੁਰਦਿੱਤੀ ਵਾਲੀ ਦੀ ਟੀਮ ਉਹ ਵੀ ਟੀਮ ਜਾਂਦੀ ਨਾ ਖੇਡ ਮੈਦਾਨ ਦੇ ਵਿੱਚ ਪੁੱਜ ਜਾਵੇ ਤਲਵੰਡੀ ਭਾਈ ਤੇ ਗੁਰਦਿੱਤੀ ਵਾਲਾ ਥੱਲੇ ਕਿਤੇ ਰੋੜੀ ਕਪੂਰਾ ਰੰਡਿਆਲਾ ਤੇ ਡੱਗੋ ਰਮਾਣਾ ਲੱਲੇ ਤੇ ਘੋਟੋ ਕਲੱਬ ਪੜਾਣਾ ਇਹ ਸਾਰੀਆਂ ਟੀਮਾਂ ਆਪੋ ਆਪਣੇ ਮੈਚਾਂ ਦੇ ਅਨੁਸਾਰ ਪੁੱਜਣ ਜੀ। ਆ ਸਾਡਾ ਇੱਕ ਹੋਰ NRI ਵੀਰ ਸੁਖਵਿੰਦਰ ਸਿੰਘ ਸੰਧੂ ਪੰਡੋਰੀ ਖਰਸ਼ੈਦਪੁਰ ਕੈਨੇਡਾ ਬੜੀ ਦੂਰੋਂ ਆ ਕੇ ਸਾਡੇ ਪਿੰਡ ਦੇ ਰਿਸ਼ਤੇਦਾਰ ਆ ਸਨਮਾਨਯੋਗ ਆ ਸਾਡੇ ਉਹ 1100 ਰੁਪਇਆ
आए तो मेला वेखना पर उन्हां दा मान जदों लोक पैसे दिते नराइयां ने थोड़ा जिहा खुशकल आपिया उन्होंने साडी इस क्लब नू सुखवीर सिंह संधू पंडोरी खुशैदपुर कनेडा 1100 रुपये की मैक सैलैक्ट की है। असि इन्हें अपने प्यारे रिश्तेदार का धन्यवाद करते हैं जी आया कहते हैं जेडे इन्नी वार तो आके इतने साढ़े दरम्यान पहुंचे सुखविंदर सिंह जी संधु गुरदेती वाले टीम नू मेरी लास्ट बेनती है तलवंडी भाई की टीम दे सारे प्लेयर जेडे खेड मैदान दे विच पुज्जे हुए है रमने होनी गगरे होनी इस इलाके की जिंद जान है टीम पिथों वाला शीरा ते नाल कहिंदे राणी वाली दा नरवर सिंह कोहनी दे नां दे नाल दुनिया दे विच प्रसिद्धि मिली हुई खिडारी पुज्जे हुए है। अगले मैच दीआं टीमां तल्ले ते रोड़ी कपूरा खेड मैदान विच पुज्जण। हां जी असी 20 मिनट पहला अनाउंस कीता सीगा ओपन टीमां नूं साडे कोल टीम अजे पहुंचियां नहीं आ पर असी हुण टाइयां कढ़न लगे आ टाइम हो गया जे कोई एक अद्धे मिनट दे विच 20 मिनट होना चाहुंदी आ ता आ जावे नहीं असि टाइयां कढ़न लगे मुड़ के बाद दे विच सानूं मजबूर करन ते हुण जिहड़ा 70 किलो दा मुदकी ते कंडियाल 70 किलो मुदकी ते कंडियाल सेमी फाइनल मैच ओह भी अपने कपड़े उतार के ग्राउंड विच पहुंचा तां कि मैच कराया जा सके। मेरी बेनती है अगले मैच दीआं टीमां तल्ले किते रोड़ी कपूरा दोनों टीमां जल्दी नाल खेड मैदान दे विच पहुंचण उस बाद रंडियाला दगुरमाणा लल्ले ते पटोकला पड़ाणा ये सारियां टीमां दे प्लेयर आपो अपने मैच अनुसार खेड मैदान दे विच पुजण तलवंडी भाई दी टीम नूं इस मैच दे विचों बाहर कर दित्ता गया है। हैलो आ भाई एक होर सज्जन मेरा प्यारा वीर जो पिछले बार भी सेवा कर गया जगतार सिंह जीरे वाले इन्हां भाई पिछले बार जिहड़ी जाली लगी आ अद्धी जगदी सेवा कीती सी इन्हे बाबे ने कृपा कर दिया हुण फुल जाली ने फ्री लाई आ कहिंदे 5 साल फ्री जाली लाउणी आ जगतार सिंह जाली वाले जीरे वाले पिछली बार दी जाली लाई सी हुण इहदे ते फेर हो गई बाबे दी हुण फुल जाली लाती आ इह कहिंदा इसे तरह मैं 5 साल फ्री सेवा करूंगा असीं इहदा तहे दिलों धन्नवाद जी आया बहुत टीम नूं मेरी बेनती है रोड़ी कपूरा दी टीम जिहड़ी खेड मैदान दे विच पुज्जी हुई है ਕਿਹਦੀ ਟੀਮ ਜਲਦੀ ਨਾਲ ਖੇਡ ਮੈਦਾਨ ਵਿੱਚ ਪੁੱਜੇ ਧੱਲੇ ਕੇ ਉਸ ਤੋਂ ਬਾਅਦ ਰੰਡਿਆਲਾ ਤੇ ਡੱਗੂਰਮਾਣਾ ਪੜਾਣਾ ਤੇ ਲੱਲੇ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣ ਪੜਾਣਾ ਤੇ ਲੱਲੇ मेरी बेनती है ले कहिंदी टीम नूं लास्ट बेनती तुसीं जेतू करार दे देना रोड़ी कपूरे दी टीम नूं पड़ाणा ते लल्ले इह दोनों टीमां जल्दी नाल खेड मैदान दे विच पुज्जणगियां पड़ाणा पटोकला पड़ाणा ते लल्ले इहनां टीमां दे दरमियान अगला मैच खेडिया जाणा है। मेरी बेनती है दोनों टीमां नूं जल्दी खेड मैदान दे विच पुज्जण उधर पटवाला हैंडीकैप दर्शकां दी कचहरी विच गेड़ा ला रिहा है उहदा भी जरूर मान सम्मान करना है ਪੜਾਣੀ ਦੀ ਟੀਮ ਕਾਟਾ ਪੜਾਣੀ ਵਾਲਾ ਪ੍ਰਸਿੱਧ ਕਬੱਡੀ ਖਿਡਾਰੀ ਹੈ ਮੇਰੀ ਸਰਕਾਰ ਸਹਿਤ ਬੇਨਤੀ ਉਸ ਵੀਰ ਨੂੰ ਵੀ ਆਪਣੀ ਟੀਮ ਨੂੰ ਲੈ ਕੇ ਜਲਦੀ ਆ ਖੇਡ ਮੈਦਾਨ ਦੇ ਵਿੱਚ ਪੁੱਜ ਜਾਵੇ ਲੱਲੇ ਤੇ ਪੜਾਣੇ ਦੀਆਂ ਟੀਮਾਂ ਦੇ ਦਰਮਿਆਨ ਮੈਚ ਖੇਡਿਆ ਜਾਣਾ ਹੈ ਧੱਲੇਕਿਆਂ ਦੀ ਟੀਮ ਨੂੰ ਅਸੀਂ ਕਾਫੀ ਦੇਰ ਤੋਂ ਅਨਾਊਂਸ ਕਰ ਰਹੇ ਮੇਰੀ ਪ੍ਰਬੰਧਕੀ ਕਮੇਟੀ ਲਈ ਬੇਨਤੀ ਹੈ ਵੀ ਉਹ ਟੀਮ ਹਲੇ ਤੱਕ ਖੇਡ ਗਰਾਊਂਡ ਦੇ ਵਿੱਚ ਨਹੀਂ ਪੁੱਜੀ ਜੀ ਕਮੈਂਟਰ ਸਾਹਿਬ ਇੱਕ ਆ ਵੀ ਆਵਾਜ਼ ਦਿਓ ਮੁਦਕੀ ਤੇ ਕੰਡਿਆਲ 70 ਕਿਲੋ ਦਾ ਸੈਮੀ ਫਾਈਨਲ ਮੁਦਕੀ ਤੇ ਕੰਡਾਲ ਦੀਆਂ ਟੀਮਾਂ ਕਬੱਡੀ 70 ਕਿਲੋ ਮੈਚ ਦੇ ਲਈ ਇਹ ਟੀਮਾਂ ਵੀ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣ ਮੁਦਕੀ ਤੇ ਕੰਡਾਲ ਦੀਆਂ ਟੀਮਾਂ ਮੇਰੀ ਬੇਨਤੀ ਹੈ ਵੀ ਇਹ ਵੀ ਟੀਮਾਂ ਦੇ ਪਲੇਅਰ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣ ਧੱਲੇਕਿਆਂ ਦੀ ਟੀਮ ਸਕ੍ਰੈਚ ਕਰਦੀ ਹੈ ਜੀ ਧੱਲੇਕੇ ਬਲਦੇਵ ਸਿੰਘ ਚੰਦਨਾ ਇਹ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰੇਗਾ ਇਹਦਾ ਵੀ ਜ਼ਰੂਰ ਮਾਨ ਸਨਮਾਨ ਕਰਨਾ ਹੈ ਰੋੜੀ ਕਪੂਰਾ ਤੇ ਧੱਲੇਕੇ ਦੀਆਂ ਟੀਮਾਂ ਦੇ ਦਰਮਿਆਨ ਮੈਚ ਸ਼ੁਰੂ ਜਾ ਰਿਹਾ ਹੈ ਲੱਲੇ ਤੇ ਪੜਾਣਾ ਹੈ ਟੀਮ ਆਪਣਾ ਇਸ ਨੌਜਵਾਨ ਦਾ ਵੀ ਆਪਾਂ ਜ਼ਰੂਰ ਮਾਨ ਸਨਮਾਨ ਕਰਨਾ ਹੈ ਬਲਦੀਪ ਸਿੰਘ ਹੈਲੋ ਹਾਂਜੀ ਸਾਡੇ ਬਹੁਤ ਹੀ ਸਤਿਕਾਰਯੋਗ ਮਾਸਟਰ ਬਚਿੱਤਰ ਸਿੰਘ ਜੀ ਗਾਦੜੀ ਵਾਲਾ ਜੋ ਇਸ ਕੈਨੇਡਾ ਦੇ ਵਾਸੀ ਹੋਇਆ ਕੈਨੇਡਾ ਵਿੱਚ ਰਹਿ ਰਹੇ ਆ ਬਹੁਤ ਹੀ ਸਤਿਕਾਰਯੋਗ ਜੋ ਇੱਥੇ ਸਾਡੀ ਸਟੇਜ ਵੀ ਸੰਭਾਲਦੇ ਰਹੇ ਆ
ਸਾਡੇ ਸਕੂਲ ਵਿੱਚ ਪੜ੍ਹਾਉਂਦੇ ਵੀ ਰਹੇ ਆ ਉਹ ਆਪਣੇ ਬੜੇ ਪਿਆਰੇ ਭਰਾ ਦੀ ਯਾਦ ਵਿੱਚ ਗੁਜਰ ਸਿੰਘ ਜੋ ਸਾਡੇ ਨਾਲ ਕਬੱਡੀ ਖੇਡਦੇ ਰਹੇ ਆ ਸਟੇਜਾਂ ਤੇ ਵੀ ਬੋਲਦੇ ਰਹੇ ਆ ਉਹਨਾਂ ਦੀ ਯਾਦ ਵਿੱਚ 1100 ਰੁਪਇਆ ਦਿੰਦੇ ਆ ਮਾਸਟਰ ਜਿੱਤਰ ਸਿੰਘ ਜੀ ਸਤਿਕਾਰਯੋਗ ਸਾਡੇ ਆਪਣੇ ਪਿਆਰ ਭਰਾਤਾ ਦੀ ਯਾਦ ਚ ਬੜਾ ਹੀਰਾ ਸੀ ਜੋ ਇੱਥੇ ਨਿਆ ਖੇਡ ਮੈਦਾਨਾਂ ਦਾ ਸ਼ਿੰਗਾਰ ਸੀ ਗਾਉਣਾ ਵੀ ਬਹੁਤ ਵਧੀਆ ਆਉਂਦਾ ਸੀ ਇੱਕ ਹੀਰਾ ਸੀਗਾ ਜੋ ਇੱਥੋਂ ਚਲਾ ਗਿਆ ਉਹਦੀ ਯਾਦ ਵਿੱਚ ਗੁਜਰ ਸਿੰਘ ਦੀ ਯਾਦ ਵਿੱਚ 1100 ਰੁਪਇਆ ਦਿੰਦੇ ਆ ਅਸੀਂ ਉਹਨਾਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਆਇਆਂ ਕਹਿੰਦੇ ਆ ਰਾਜਨ ਚੰਦ ਨੰਮੇ ਵਾਲਾ ਇਹਨੇ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਹੈ ਇਹਦਾ ਵੀ ਜ਼ਰੂਰ ਮਾਨ ਸਨਮਾਨ ਕਰਨਾ ਹੈ ਇੱਕ ਪਾਸੇ ਮੇਰੇ ਵੀਰੋ ਟੀਮ ਜਿਹੜੀ ਪੁੱਜੀ ਹੈ ਰੋੜੀ ਕਪੂਰੇ ਦੀ ਪਿੰਡ ਵਾਲੀ ਸਾਈਡ ਔਰ ਦੂਸਰੇ ਪਾਸੇ ਟੀਮ ਜਿਹੜੀ ਢੱਲੇ ਕੇ ਦੀ ਹੈ ਦੋਨੋਂ ਟੀਮਾਂ ਦੇ ਦਰਮਿਆਨ ਤਕੜਾ ਮੈਚ ਖੇਡ ਕਬੱਡੀ ਦਾ ਸ਼ੁਰੂ ਹੋਣ ਜਾ ਰਿਹਾ ਕਿ ਇਕੱਲੇ ਇਕੱਲੇ ਗੱਭਰੂ ਤੇ ਰੋਹ ਪੂਰਾ ਚੜਿਆ ਕੌਣ ਜਾਊ ਭੱਜ ਕੌਣ ਜਾਊ ਫੜਿਆ ਲੱਖ ਲੱਖ ਦੀ ਕਬੱਡੀ ਅੱਜ ਪੜ ਗਈ ਇਕੱਲੇ ਇਕੱਲੇ ਮਿੱਤਰੋ ਜਫਾ ਜਿਹੜੇ ਜਿਹੜੇ ਜਾਫੀ ਨੇ ਲਾਰਾ ਹੋਜੂ ਉਹਦੀ ਬੱਲੇ ਬੱਲੇ ਮਿੱਤਰੋ ਹਿੰਦੂ ਨਾਮ ਹੈ ਇਸ ਖਿਡਾਰੀ ਕਹਿੰਦੇ ਕੋਟਕਪੁਰੇ ਦਾ ਏਰੀਆ ਜੇ ਫਰੀਦਕੋਟ ਦੀ ਗੱਲ ਸਭ ਨੇ ਨੌਜਵਾਨ ਧੱਲੇ ਕੇ ਪਿੰਡ ਕਹਿੰਦੇ ਮਹਿਤੇ ਵਰਗੇ ਦੁਨੀਆ ਭਰ ਦੇ ਮਹਾਨ ਕਬੱਡੀ ਖਿਡਾਰੀ ਜਿਸ ਘਰ ਨੇ ਪੈਦਾ ਕੀਤੇ ਹੈ ਔਰ ਪੁਆਇੰਟ ਜਿਹੜਾ ਇਸੇ ਲਈ ਬਿੰਦੂ ਨੇ ਆਪਣੀ ਟੀਮ ਦੇ ਸੇ ਐਡਜਸਟ ਕਰ ਦਿੱਤਾ ਹੈ ਅਗਲੀ ਕਬੱਡੀ ਪਾਉਣ ਲਈ ਖੇਡ ਮੈਦਾਨ ਦੇ ਵਿੱਚ ਮਨਦੀਪ ਸਿੰਘ ਮੇਰੇ ਵੀਰੋ ਵਾਧਾ ਹੋਇਆ ਕਿ ਲੱਥ ਜਾਂਦੀ ਭੁੱਖ ਦੇ ਕਿ ਗੁੰਦੇ ਹੋਏ ਸਰੀਰਾਂ ਨੂੰ ਚੁੰਮਦੀ ਜਿੱਤ ਪੈਰ ਆਣ ਕੇ ਖੀਰਾਂ ਨੂੰ ਵੇ ਮਾਰਦੇ ਜਿਮਾਂ ਦੇ ਵਿੱਚ ਜਾ ਕੇ ਤੇ ਹੋੜ ਮਜ਼ਬੂਤ ਅੱਡੀਆਂ ਕਰਦੇ ਮਿਹਨਤ ਖੁਰਾਕਾਂ ਖਾ ਕੇ ਖੁੱਲੀਆਂ ਤੇ ਮਾਰਦੇ ਆ ਮੱਲਾਂ ਵੱਡੀਆਂ ਲੱਖ ਪੱਕੇ ਦੀ ਧਰਤੀ ਦਾ ਨੌਜਵਾਨ ਖੇ ਮੈਦਾਨ ਦੇ ਵਿੱਚ ਬਹੁਤ ਤਕੜਾ ਜਫਾ ਲਾ ਕੇ ਆਪਣੀ ਟੀਮ ਇਸੇ ਲੱਖਾਂ ਦੇ ਆਪਾਂ ਜੋੜਦਾ ਹੋਇਆ ਕਿ ਰੇਡਰ ਦੇ ਲਈ ਭਾਗ ਜ਼ਰੂਰੀ ਜਾਫੀ ਦੇ ਹੱਥ ਪੱਕੇ ਜਾਫੀ ਉਹੀ ਮੰਨਿਆ ਜਾਵੇ ਜਿਹੜਾ ਉੱਡਦੀ ਰੇਡਰ ਨੱਪੇ ਅੱਜ ਕੌਣ ਉੱਡਦੀਆਂ ਰੇਡਰ ਨੱਪ ਕੇ ਮੇਰੇ ਵੀਰੋ ਬੱਲੇ ਮੈਂ ਕਰਾਉਂਦਾ ਮਈਆਂ ਵਾਲੇ ਦੇ ਇਸ ਵੱਡੇ ਕਬੱਡੀ ਕੱਪ ਦੇ ਲਓ ਨੌਜਵਾਨ ਇਸ ਲਈ ਕਹਿੰਦੇ ਖੁਸ਼ ਕਬੱਡੀ ਪਾ ਰਹੇ ਸਾਹਮਣੇ ਵੇਖੋ ਵੀ ਜਾਫੀ ਨੇ ਲਾ ਕੇ ਜਫਾ ਆਪਣੀ ਟੀਮ ਇਸੇ ਲੱਖਾਂ ਦਾ ਪੁਆਇੰਟ ਜੋੜ ਦਿੱਤਾ ਇੱਕ ਕਹਿੰਦੇ ਅੜੈਚਾ ਪਿੰਡ ਦਾ ਅੰਗਰੇਜ਼ ਦੁਨੀਆ ਭਰ ਦਾ ਮਹਾਨ ਕਬੱਡੀ ਖਿਡਾਰੀ ਹੋਇਆ ਆ ਖਿਡਾਰੀ ਥੱਲੇ ਕੇ ਵਾਲਾ ਅੰਗਰੇਜ਼ ਦੇ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਇੱਕ ਮਿੰਟ ਆ ਹੁਣ ਤੁਸੀਂ ਮੈਂ ਬੰਦ ਕਰ ਪਾਉਣ ਦੇ ਲਈ ਵਧਿਆ ਹੋਇਆ ਥੱਲੇ ਤੇ ਪੋਟੋ ਕਲੱਬ ਪਾਣਾ ਵੀ ਟੀਮਾਂ ਅਗਲੇ ਮੈਚ ਲਈ ਜਲਦੀ ਨਾਲ ਮੈਦਾਨ ਦੇ ਵਿੱਚ ਪਹੁੰਚਣ ਰੰਡਿਆਲਾ ਤੇ ਡੰਗੂਰ ਮੰਨਾ ਮੈਂ ਮੈਕ ਬਦਲਾਉਣਾ ਇੱਕ ਮਿੰਟ ਠੀਕ ਠੀਕ ਆਪਣਾ ਛੋਟੇ ਮੁੰਡੇ ਦਾ ਕੀ ਆ ਪੀਤਾ ਕੀ ਨਾਂ ਹੈ ਹੈਲੋ ਲੱਖਾ ਸਿੰਘ ਸਾਡੇ ਪਿੰਡ ਵਾਲਾ ਜਾ ਕਬੱਡੀ ਖਿਡਾਰੀ ਆ ਲੱਖਾ ਸਾਨੂੰ ਆ ਕੇ ਮੇ ਮੜਾ ਲੱਖਾ ਹੈਲੋ ਲੱਖੇ ਲਈ ਕਹਿੰਦੇ ਨੌਜਵਾਨ ਗੱਭਰੂ ਖੇਡ ਮੈਦਾਨ ਦੇ ਵਿੱਚ ਮੇਰੇ ਵੀਰ ਮਨਦੀਪ ਸਿੰਘ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਉਧਰ ਕਹਿੰਦੇ ਜੰਟ ਕੱਸੋ ਆਣੀਆਂ ਉਹਨੂੰ ਮੋਟਰਸਾਈਕਲ ਦੇ ਨਾਲ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਦਿੱਤੇ ਜਾਣਗੇ ਲੱਖਾ ਸਾਡਾ ਵੀਰ ਦਵਿੰਦਰ ਤੇ ਭੋਲੇ ਸ਼ਰਮਾ ਇਹਨਾਂ ਵੀਰਾਂ ਦੀ ਤਰਫੋਂ ਲਓ ਬਿੰਦੂ ਨੌਜਵਾਨ ਰੋੜੀ ਕਪੂਰ ਵਾਲਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੇ ਮੈਚ ਦੀਆਂ ਟੀਮਾਂ ਲੱਲੇ ਤੇ ਭੁੱਟੋ ਕਲੱਬ ਪੜਾਣਾ ਰੰਡਿਆਲਾ ਡਗੁਰਮਾਣਾ ਇਹ ਵੀ ਟੀਮਾਂ ਦੇ ਪਲੇਅਰ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪਹੁੰਚਣ ਲਓ ਮਨਦੀਪ ਸਿੰਘ ਧੱਲੇ ਕੇ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਸਾਹਮਣੇ ਜਾਫੀ ਦੀ ਕੋਸ਼ਿਸ਼ ਹੈ ਬਾਜੀ ਹੋਈ ਕੈਂਚੀ ਕਿ ਮਾਰ ਸੋਹਣਿਆ ਕੈਂਚੀ ਰੇਡਰ ਸੁੱਕਾ ਜਾਵੇ ਨਾ ਪੁੱਤ ਵਗਾਨਾ ਖਿੱਚ ਕੇ ਲੈ ਜਾਂਦਾ ਪਾੜੇ ਤੇ ਅੱਜ ਕਹਿੰਦੇ ਹੈਲੋ ਹਾਂ ਬਾਈ ਅੱਜ ਨੇ ਦਾਸ਼ਕ ਵੀਰਾ ਸੱਜਣ ਮਿੱਤਰੋ ਜਾਂ ਜਿਨ੍ਹਾਂ ਨੇ ਵੀ ਮੈਕ ਸੱਦਾ ਦਿੱਤੀ ਆ ਵੀ ਅਸੀਂ ਬਹੁਤ ਬਿਜੀ ਆ ਸਾਨੂੰ ਕੋਈ ਪਤਾ ਨਹੀਂ ਲੱਗਦਾ ਮੈਚ ਕੀ ਚੱਲ ਰਿਹਾ ਕੀ ਹੋ ਰਿਹਾ ਅਸੀਂ ਤਾਂ ਕਾਰੋਬਾਰ ਸੰਭਾਲ ਰਹੇ ਹਾਂ ਗੁੱਸਾ ਕਰਿਆ ਜੇ ਤਾਂ ਸਾਨੂੰ ਆ ਕੇ ਮਿਲੋਗੇ ਤਾਂ ਤੁਹਾਨੂੰ ਅਸੀਂ ਬਿਠਾ ਦਾਂਗੇ ਤੇ ਜੇ ਤੁਸੀਂ ਨਾ ਮਿਲੇ ਸਾਨੂੰ ਕੋਈ ਪਤਾ ਨਹੀਂ ਲੱਗਦਾ ਗਾ ਇੰਨੇ ਘੱਟ 'ਚ ਸੋ ਕੋਈ ਗੁੱਸਾ ਨਾ ਕਰੇ ਸਾਨੂੰ ਉੱਥੇ ਜਾ ਕੇ ਪੁੱਛ ਨਹੀਂ ਤੇ ਕਿਰਪਾ ਕਰਕੇ ਸਾਨੂੰ ਮਿਲੋ ਕੋਈ ਗੁੱਸਾ ਨਾ ਕਰੋ
अगले मैच दिया टीम लल्ले ते पोटो क्लब पड़ाना रंडियाला ते डगरमाना ये भी टीम के प्लेयर जल्दी ना आपो अपने चंदे अनुसार खेड दान दे विच पहुंचे जान मुरकी एक कंडाल दिया टीम के दरम्यान कबड्डी 70 किलो का मैच खेडा जाना है ये भी टीम के प्लेयर तैयार रहन की इधर नाजन तल्ले के बाद मनदीप खे मैदान विच कबड्डी पाना होया मैच समाप्त है अगले मैच लिए पोटो क्लब पड़ाना लल्ले दोनों टीम के प्लेयर खेड मैदान पुजन रोडी कपूर की टीम इस मैच की विनर टीम है जेतु टीम रोडी कपूरे पोटो क्लब पड़ाना लल्ले दोनों टीम जल्दी खेड मैदान पुजन हेलो लखा मेरा वीर जिथे मेरी आवाज सुनता ग्राउंड पहुंचे लखा रंडियाला ते गुरमाना भी टीम के प्लेयर जल्दी खेड मैदान पुजनगे रंडियाला ते गुरमाना ये भी टीम के प्लेयर जल्दी मैदान पुजन कबड्डी 70 किलो मुदगी ते कंडियाल दी टीम के प्लेयर भी जल्द खेड मैदान पुजनगे मुदगी ते कंडियाल टल्ले ते पोटो क्लब पड़ाने दी टीम के दरमियान मैच खेडिया जाना है दोनों टीम के प्लेयर जल्दी खेड मैदान पुजन हाँ जी अगे मैं आवाज दे चुका है लखा कितने पासे है ओ मेरा वीर लखा जी आवाज सुनता हो इतने पहुंचे डोलू का नाम की है दविंदर सिंह आ लखे लिया का साथ करो इधर लश्ले मैच का शुरू होने जा रहा है एक पासे मेरी टीम लल्ले पिंडिया ते दूसरे पासे पड़ाना बड़ा नाम है कबड्डी के खेतर दे विच दोनों पिंडा दा रंडियाला ते डगूर माणी दी टीमां भी जल्दी नाल मैदान विच पुज्जन मुदगी ते कंडियाल दी टीमां नूं भी मेरी बेनती है वी ए वी टीमां दे लेट जल्दी नाल खेड मैदान दे विच पुज्जन हेलो मेरा वीर सुखमन चोला ते रंदीपुरी गोपी साडे क्लब दे मेंबर दे कोले आ रहे हैं असि चाहुणा कि तुसी इस ग्राउंड का गेड़ा दे दो बई गोपी ने तो पहला भी गेड़ा दिता सी पिछले साल भी ते साडे नाल वादा करके गया सी बहुत बहुत धन्यवाद है सुखमन चोला साहब ते रंदीपुरी गोपी असि उन्हूं बेनती करा ਸਾਡੇ ਕਲੱਬ ਦੇ ਮੈਂਬਰ ਤੁਹਾਡੇ ਕੋਲੇ ਆ ਰਹੇ ਆ ਤੇ ਕਿਰਪਾ ਕਰਕੇ ਜੇ ਕਿਤੇ ਇੱਕ ਗੇੜਾ ਦੇ ਦਿਓ ਤੇ ਸਾਰੇ ਜਨਤਾ ਦਾ ਰੂਹ ਖੁਸ਼ ਹੋ ਜੇ ਅਸੀਂ ਕੱਲ ਦੀ ਤੁਹਾਡੀ ਸਿਫਤ ਕਰੀ ਜਾਂਦੇ ਆ ਤੇ ਸਾਡੀ ਕਿਰਪਾ ਕਰਕੇ ਗਰਾਊਂਡ ਵਿੱਚ ਆ ਕੇ ਕੱਪੜੇ ਸਣ ਗੇੜਾ ਦੇ ਦਿਓ ਗਰਾਊਂਡ 'ਚ ਆ ਜਾਓ ਅਸੀਂ ਤੁਹਾਡੇ ਨਾਲ ਗੇੜਾ ਦੋਨੇ ਆ ਜਨਤਾ ਦੀ ਰੂਹ ਖੁਸ਼ ਕਰ ਦੇਣੀ ਆ ਮੇਰੇ ਲੋ ਜਿੱਥੇ ਹੈਗੇ ਸੀ ਗੋਪੀ ਬਲੰਦੀਪੁਰੀਆ ਤੇ ਸੁਖਮਨ ਚੋਲਾ ਆ ਕੇ ਇੱਕ ਚੱਕ ਲਾ ਦਿਓ ਕੱਪੜੇ ਸਣੇ ਉਧਰ ਮੈਚ ਸ਼ੁਰੂ ਹੈ ਮੇਰੇ ਵੀਰੋ ਇੱਕ ਪਾਸੇ ਕਹਿੰਦੇ ਟੀਮ ਜਿਹੜੀ ਪੁਰਾਣੇ ਦੀ ਉਹ ਖੇਤਾਂ ਵਾ ਸਾਈਡ ਤੇ ਦੂਸਰੇ ਪਾਸੇ ਮੇਰੇ ਵੀਰੋ ਟੀਮ ਜਿਹੜੀ ਲੱਲਿਆਂ ਦੀ ਹੈ ਆ ਜਾਫੀ ਦਾ ਕਹਿੰਦੇ ਨਾ ਨੰਨਕ ਹੈ ਮੁੰਡੀਆਂ ਪਿੰਡ ਹੈ ਇਸ ਗੜਾਰੀ ਦਾ ਨਕੋਦਰ ਦਾ ਏਰੀਆ ਮੇਰੇ ਵੀਰੋ ਲੋਹੀਆਂ ਦਾ ਏਰੀਆ ਬਹੁਤ ਤਾਂ ਜੱਫਾ ਖੇ ਮੈਦਾਨ ਦੇ ਵਿੱਚ ਲਾਉਂਦਾ ਹੋਇਆ ਸਲੋ ਦੀ ਟੀਮ ਨੂੰ ਖੇਡਿਆ ਅਗਲੈਂਡ ਦੇ ਖੇਡ ਮੈਦਾਨ ਵਿੱਚ ਨਾਨਕ ਬਹੁਤ ਤਾਂ ਜੱਫਾ ਲਾ ਕੇ ਆਪਣੀ ਟੀਮ ਦੇ ਸੀ ਪੁਆਇੰਟ ਜੁੜਦਾ ਹੈ ਇਹਨਾਂ ਬੱਚਿਆਂ ਨੇ ਟਾਇਕ ਦੇ ਚੱਕਰ ਲਾਉਣੇ ਇਹਨਾਂ ਜ਼ਰੂਰ ਮਾਨ ਸਨਮਾਨ ਕਰਨਾ ਹੈ ਮੈਂ ਬਹੁਤ ਤੱਕ ਲਾ ਦਿੱਤਾ ਤੇ ਇਹਨਾਂ ਦਾ ਮਾਨ ਸਨਮਾਨ ਕਰਨਾ ਹੈ ਆਪਾਂ
ਆ ਖਿਡਾਰੀ ਕਹਿੰਦੇ ਇੰਗਲੈਂਡ ਦੇ ਮੈਦਾਨਾਂ ਵਿੱਚ ਬਹੁਤ ਤਕੜਾ ਖੇਡਿਆ ਕਹਿੰਦੇ ਜਗਮੀਤ ਭੜਾਣੇ ਵਾਲੇ ਦਾ ਵੀਰ ਕਬੱਡੀ ਪਾ ਰਿਹਾ ਬਾਗੇ ਦੇ ਨਾਂ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧੀ ਮਿਲੀ ਹੋਈ ਹੈ ਪੰਜਾਬ ਦੇ ਕਾਪਾ ਤੇ ਕਹਿੰਦੇ ਮੱਖਣ ਚੁੱਕ ਦੀ ਟੀਮ ਖੇਡਦਾ ਹੈ ਲੈ ਵੀਟੇ ਵੀਰ ਇਸ ਲਈ ਨੌਜਨ ਬਗਾ ਪੁਆਇੰਟ ਆਪਣੀ ਟੀਮ ਦੇ ਸੇ ਜੋੜਦਾ ਹੋਇਆ ਕੰਦੇ ਦਾ ਬਹੁਤ ਵੱਡਾ ਨਾਂ ਸਰਬਜੀਤ ਜਾਵਸ ਹੈ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਮੇਰੇ ਵੀਰੋ ਮੰਨਾ ਮਰੂੜ ਵਾਲਾ ਬਗੇ 100 ਰੁਪਏ ਦੇ ਆਨ ਸਨਮਾਨ ਭੇਜਦਾ ਹੈ ਲੱਲੇ ਪਿੰਡ ਕਹਿੰਦੇ ਬਲਦੇਵ ਲੱਲੇ ਹੁਣੀ ਆਪਣੇ ਸਮੇਂ ਦੇ ਦੁਨੀਆ ਭਰ ਮਹਾਨ ਕਬੱਡੀ ਖਿਡਾਰੀ ਰਿਹਾ ਹੈ ਇੱਧਰ ਪੀਹੀ ਕਬੱਡੀ ਹੈ ਉੱਧਰ ਕਹਿੰਦੇ ਗੋਰੇ ਦਾ ਨਾਂ ਦੁਨੀਆ ਦੇ ਮਹਾਨ ਜਾਫੀਆਂ ਵਿੱਚ ਹੈ ਇੰਗਲੈਂਡ ਦੀ ਡਰਬੀ ਕਬੱਡੀ ਕਲੱਬ ਨੂੰ ਤਕੜਾ ਖੇਡਦਾ ਆ ਰਿਹਾ ਇੱਧਰ ਵੇਖੋ ਵੀ ਵੱਜੀ ਹੋਈ ਕੈਂਚੀ ਭੜਾਣੇ ਦੀ ਧਰਤੀ ਦਾ ਕਿਤੇ ਮੇਵੀਰੋ ਰੈਪੀ ਬਰਾ ਬੋਲਦਾ ਸੀਗਾ ਕਿ ਤੂਤਾਂ ਦਾ ਗੁਰਜੀਤ ਤੇ ਇੱਕ ਬੱਬੂ ਭੜਾਣੇ ਦਾ ਇਹਨਾਂ ਮੂਹਰੇ ਖੜਦਾ ਜਾਫੀ ਟਿਕਾਣੇ ਦਾ ਤੂਤਾਂ ਦਾ ਗੁਰਜੀਤ ਤੇ ਬੱਬੂ ਹੈ ਭੜਾਣੇ ਦਾ ਇਹਨਾਂ ਮੂਹਰੇ ਖੜਦਾ ਜਾਫੀ ਟਿਕਾਣੇ ਦਾ ਬਾਕੀ ਟਿਕਾਣੇ ਕਹਿੰਦੇ ਜਾਫੀ ਖੜਦੇ ਸਨ ਬੱਬੂ ਉਹਨਾਂ ਮੂਹਰੇ ਭਾਵੇਂ ਗੱਲ ਗੁਰਜੀਤ ਦੀ ਹੈ ਸਵਰਾਵਾਂ ਪਿੰਡ ਹੈ ਜੋਤੇ ਕਹਿੰਦੇ ਵੱਡਾ ਨਾਮ ਹੈ ਖੇਡ ਕਬੱਡੀ ਦੀ ਦੁਨੀਆ ਦੇ ਵਿੱਚ ਤੇ ਗਗਨ ਸਵਰਾਵਾਂ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਚਾਰ ਜਾਫੀਆਂ ਵਿੱਚੋਂ ਇਧਰ ਕਹਿੰਦੇ ਬਹੁਤ ਤਕੜਾ ਜੱਫਾ ਲਾ ਕੇ ਨੌਜਵਾਨ ਗੱਭਰੂ ਰਾਜੂ ਨੇ ਵੀਰੋ ਆਪਣੀ ਟੀਮ ਦੇ ਹਿੱਸੇ ਲੱਖਾ ਜਿਹਾ ਪੁਆਇੰਟ ਜੋੜਦਾ ਸਿਮਰਨ ਨੌਜਵਾਨ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਅਗਲੇ ਮੈਚ ਦੀਆਂ ਟੀਮਾਂ ਰੰਡਿਆਲਾ ਤੇ ਡੱਗੁਰਮਾਣਾ ਸਨੇੜ ਤੇ ਸ਼ੂਸ਼ ਭੜਾਣਾ ਤੇ ਡਰੋਲੀ ਭਾਈ ਸ਼ਿਕਾਰ ਮਾਸ਼ੀਆਂ ਤੇ ਗੀਲਾਂ ਵਾਲਾ ਏ ਤੁਸੀਂ ਦਸ ਕਲਾਬ ਦੌਲੇ ਮੇਰੇ ਵੀਰ ਜਾਂ ਥੱਲੇ ਬਹਿ ਜਾਓ ਜਾਂ ਪਾਸੇ ਹਟ ਜਾਓ ਜਿਹੜੇ ਪੌੜੀਆਂ ਤੇ ਖੜੇ ਨਾ ਮੇਰੇ ਭਰਾ ਉਹਨਾਂ ਤੇ ਖਲੀ ਪੰਦੀ ਹੈ ਤੁਹਾਡੇ ਅੱਗੇ ਮਿਹਨਤ ਯਾਰ ਅਸੀਂ ਪ੍ਰੇਮ ਨੂੰ ਕਹਿੰਦੇ ਆ ਕਿਉਂ ਬਈ ਮੇਰੇ ਵੀਰੋ ਤੁਹਾਨੂੰ ਪ੍ਰੇਮ ਨਾਲ ਕਹਿੰਦੇ ਆ ਉਹ ਜਿਹੜੇ ਤੁਸੀਂ ਆ ਸਾਡੀ ਆਖੀ ਮੰਨ ਲਓ ਪੌੜੀਆਂ ਤੇ ਚੜੋ ਜਾਂ ਥੱਲੇ ਬੈਠ ਜਾਓ ਮੰਨੇ ਮਰੂੜ ਵੱਲੋਂ ਗੋਰੇ ਮਰੂੜ ਲਈ 100 ਰੁਪਏ ਮਾਨ ਸਨਮਾਨ ਹੈ ਸਨੇੜ ਤੇ ਸ਼ੋਸ਼ਕ ਭੜਾਣਾ ਤੇ ਡਰੋਲੀ ਭਾਈ ਸ਼ਿਕਾਰ ਮਾਸ਼ੀਆਂ ਤੇ ਵਕੀਲਾਂ ਵਾਲਾ ਏ ਬਾਬਾ ਤੁਲਸੀਦਾਸ ਕਲੱਬ ਡੋਲੇ ਵਾਲਾ ਤੇ ਕਲ ਕਲਾਂ ਵਕੀਲਾਂ ਵਾਲਾ ਬੀ ਤੇ ਧੂਰਕੋਟ ਕੋਟ ਕਰੋੜ ਤੇ ਪੱਟੀ ਇਹ ਵੀ ਟੀਮਾਂ ਦੇ ਪਲੇਅਰ ਆਪਣੇ ਮੈਚ ਅਨੁਸਾਰ ਖੇਡ ਮੈਦਾਨ ਦੇ ਵਿੱਚ ਜੁੜ ਜਾਣ ਆਵੇ ਸਾਡੀ ਬੇਨਤੀ ਮੰਨ ਕੇ ਮੇਰੇ ਵੀਰ ਮੈਨੂੰ ਲੱਗਦਾ ਗਰਾਊਂਡ ਦੇ ਵਿੱਚ ਪਹੁੰਚ ਗਿਆ ਉਧਰ ਕਹਿੰਦੇ ਦੁਨੀਆ ਭਰ ਦਾ ਮਹਾਨ ਜਾਫੀ ਹਿਮਾਲਿਆ ਪਰਬਤ ਦੇ ਤੌਰ ਤੇ ਜਾਣਿਆ ਜਾਂਦਾ ਫਰੰਦੀਪੁਰ ਦੀ ਧਰਤੀ ਦਾ ਕਹਿੰਦੇ ਗੋਪੀ ਖੇਡ ਮੈਦਾਨ ਦੇ ਵਿੱਚ ਪੁੱਜਿਆ ਜ਼ੋਰਦਾਰ ਤਾੜੀਆਂ ਮਾਰ ਦੋ ਵੀਰੋ ਸੰਦੀਪ੍ਰਿਆ ਤੇ ਨਾਲ ਕਹਿੰਦੇ ਵੀ ਦੁਨੀਆ ਦਾ ਉਹ ਖਿਡਾਰੀ ਪੁੱਜਿਆ ਕਿ ਬੁੱਕ ਦਾ ਮੈਦਾਨ ਵਿੱਚ ਜੋ ਸ਼ੇਰ ਪੁੱਕੇ ਬਿੱਲ ਵਿੱਚ ਸਫਾਰੀ ਜੀ ਨੂੰ ਮਿੱਤਰਾਂ ਦੇ ਮੇਲੇ ਵਿੱਚ ਮਲਸੀਆ ਵਾਲਾ ਕੁਲਜੀਤ ਤਾਂ ਪੁੱਜ ਗਿਆ ਤਾੜੀਆਂ ਮਾਰ ਦੋ ਦਰਜ ਵੀਰੋ ਉੱਧਰ ਕਹਿੰਦੇ ਸਤਨਾਮ ਡੱਗੁਰਮਾਣੇ ਵਰਗੇ ਮਹਾਨ ਕਬੱਡੀ ਖਿਡਾਰੀ ਅੱਜ ਖੇਡ ਮੈਦਾਨ ਦੇ ਵਿੱਚ ਖੇਡਣਗੇ ਸ਼ਰਨ ਡੱਗੁਰਮਾਣੇ ਦਾ ਕਹਿੰਦੇ ਟੌਪ ਦਾ ਜਾਫੀ ਹੈ ਅੱਜ ਸਵੇਰ ਹੀ ਖੇਡ ਹੋਣੀ ਹੈ ਇਸ ਖੇਡ ਗਰਾਊਂਡ ਵਿੱਚ ਲਓ ਇਧਰ ਨਾਲ ਲੱਲਿਆਂ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਚਾਰ ਜਾਫੀ ਕਹਿੰਦੇ ਭੜਾਣੇ ਦੀ ਧਰਤੀ ਦੇ ਯਾਰ ਨੇ ਹੁਣ ਵੇਖਦਾ ਵੀ ਨਾਨਕ ਜਾਂ ਫਿਰ ਗੁਰ ਲੱਗੇ ਜੱਫਾ ਆਪਣੀ ਟੀਮ ਲਈ ਲੱਖਾਂ ਦਾ ਪੁਆਇੰਟ ਜੋੜਦਾ ਡੱਗੁਰਮਾਣਾ ਤੇ ਰੰਡਿਆਲੀਆਂ ਟੀਮਾਂ ਦੇ ਦਰਮਿਆਨ ਅਗਲਾ ਮੈਚ ਖੇਡਿਆ ਜਾਣਾ ਹੈ ਇਹ ਵੀ ਟੀਮਾਂ ਦੇ ਪਲੇਅਰ ਤਿਆਰ ਰਹਿਣਗੇ ਆਵੇ ਕਲਜੀਤਾ ਮਸੀਹ ਵਾਲਾ ਇਹਨਾਂ ਨੇ ਵਰਲਡ ਕੱਪ ਚ ਖੇਡ ਵਿਖਾਈ ਆ ਬਹੁਤ ਵੱਡਾ ਵਰਲਡ ਕੱਪ ਦੇ ਖਿਡਾਰੀ ਕਲਜੀਤਾ ਮਸੀਹ ਵਾਲਾ ਸਾਡਾ ਵੀਰ ਗੁੱਪ ਜਿਹੜਾ ਪਿਛਲੇ ਵਾਰ ਸਾਡੇ ਨਾਲ ਵਾਧਾ ਕਰਕੇ ਗਿਆ ਸੀ ਕਹਿੰਦਾ ਮੈਂ ਐਰਕੀ ਤਾਂ ਮੇਰੇ ਨਹੀਂ ਖੇਡ ਸਕਦਾ ਕੋਈ ਸੱਟ ਲੱਗੀ ਸੀ ਸਾਡੀ ਬੇਨਤੀ ਨੂੰ ਮੰਨ ਕੇ ਗਰਾਊਂਡ ਚ ਆਇਆ ਅਸੀਂ ਭਗਤ ਬਾਬਾ ਜੁਨੀਚਾ ਜੀ ਅੱਗੇ ਬੇਨਤੀ ਕਰਦੇ ਹਾਂ ਕਿ ਇਸ ਪ੍ਰਤੀ ਚੜ੍ਹਦੀ ਕਲਾ ਰਵੇ ਹੋਰ ਬੁਲੰਦੀਆਂ ਨੂੰ ਛੂਏ ਤੇ ਇਹਨੂੰ ਤੰਦਰੁਸਤੀ ਬਖਸ਼ੇ ਇਧਰ ਮੰਨਾ ਮਰੂੜ ਜੀ ਹਰ ਇੱਕ ਪੁਆਇੰਟ ਤੇ ਮਾਇਆ ਦੇ ਗੱਫੇ ਦੇ ਰਹੇ ਹੈ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸ਼ੇਰੇ ਦੇ ਲਈ ਵੀ 100 ਰੁਪਏ ਮਾਨ ਸਨਮਾਨ ਮੰਨਾ ਮਰੂੜ ਦਾ ਸਾਡਾ ਵੀਰ ਇਹਨਾਂ ਦੀ ਤਰਫੋਂ ਪੁੱਜਿਆ ਹੈ ਉਧਰ ਫਰੰਦੀਪੁਰੀਆ ਪੁੱਜਿਆ ਹੋਇਆ ਪ੍ਰਬੰਧਕੀ ਕਮੇਟੀ ਜੀਐਨ ਨੂੰ ਆਖ ਰਹੀ ਹੈ ਸਾਰੀ ਪੁੱਜੋ ਇੱਕ ਕਬੱਡੀ ਦੇ ਸੁਪਰ ਸਟਾਰਾਂ ਨੂੰ ਇਧਰ ਨੌਜਵਾਨ ਦੀ ਪਈ ਹੋਈ ਕਬੱਡੀ ਚਾਰ ਜਾਫੀ ਤਿਆਰ ਨੇ ਲਓ ਭੜਾਣੇ ਦੀ ਧਰਤੀ ਦਾ ਫੜਿਆ ਹੋਇਆ ਗੁੱਟ ਨਜ਼ਰ ਬਜੀ ਹੋਈ ਕੈਂਚੀ ਪੂਰਾ ਜ਼ੋਰ ਲੱਗਿਆ ਪਿਆ ਹੈ ਸਾਰੇ ਕਮੈਂਟੇਟਰ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਰਿੰਮ ਬਰਾੜ ਜੀ ਗੱਜਣਵਾਲ ਬਹੁਤ ਸਤਿਕਾਰਯੋਗ ਸ਼ਖੀਅਤ ਮੇਰੇ ਵੀਰ ਸੁਖਮਨ ਚੋਲਾ ਉਹਨੂੰ ਵੀ ਬੇਨਤੀ ਆ ਜੇ ਮੇਰੇ ਵੀਰ ਗੋਪੀ ਦੇ ਨਾਲ ਦੋ ਬਹੁਤ ਬਹੁਤ ਧੰਨਵਾਦ ਆ ਸੁਖਮਨ ਚੋਲਾ
मेरे वीर गोपी बलंदपुरी के नाल दोनों प्लेयर गेड़ा दे दें तो दर्शकों की रूह खुश होगी। असी कल दी थोड़ी मतलब इतने वेट करी जाने थोड़ी अनाउंसमेंट करी जाने फरंदीपुरी गोपी पढ़ाने की टीम इस मैच की जेतू टीम नोट कर लो पढ़ाना रंडियाला डगुर मां दोनों टीम जल्द खेड मैदान पुजन रंडियाला डगुर माणी दीम अगले मैच लिए जल्दी ना खेड मैदान पुजन उस तो बाद मैच खेडा जाना सनेह शोषक पढ़ाना डुली भाई छिका माशिया वकील आला यह भी टीम के प्लेयर खेड मैदान पुजन। हाँ भाई दर्शक वीरो असि महीनों की भाजना की साड़ी दरगाह प्रवान हो गई है भरावो असी जे जो कि वध तो वध आप तो देर रात एक करके तो मैच खाया आ नीली टी शर्ट आला 326 एक कलजीत मनसियां वाला ये सारे मुंडे वार्ड लैवल के प्लेयर आ मेरा वीर गोपी फरंदीपुरी है ये सारे की असी बाबे अगे अरदास करते प्रार्थना करते हैं कि इन्हां प्लेयर दुगनी रात चौगनी तरक्की आओ इन्हों कमजाबियां बख्शो महाराज इन्हें कृपा रखो। आज मेरा वीर गोपी फरंदीपुरी है ये पिछले बार आया सीगा काला कमीज पजामा पाया सीगा सट वजी सी इन्हें गेड़ा दिता सी ते कट वेख के रूह खुश हो गई कहिंदा अगली बार मैं जरूर आऊंगा भाई तुहाडे इत्थे खेडूंगा सो इन्हें आपका वचन पूरा करता सारे कोट कोट धन्यवाद करते हैं। इधर मैच शुरू होने जा रहे हैं डगो आणा रंडियाले दीआं टीमां दे दरमियान अगले मैच लई सनेहर ते शोषक शिकार माशियां ते वकीलां वाला बब तुलसीदास क्लब दौरे वाला ते कालकरां वकीलां वाला भी ते धूरकोट कोट करोड ते पट्टी जोगे वाला ते याद कबड्डी कालकरां दी टीमां तैयार हन उधर लखे होणी सारे वीर दविंदर होणी भोला शर्मा जी ऐलान कर दे वी जंटे कसो आणीए दा मोटरसाइकिल दे नाल विशेष तौर ते मान सम्मान कीता जाणा है। इधर कहिंदे मैच बहुत तकड़ा है बड़ा इकट्ठ है सारे रब वर्गे दर्शक वीरां दा बहुत बहुत धन्नवाद है कि बैठे भुखे ते ते आए बड़ी दूरों दूरों आए देख खिडारियां दे शरीर इन्हां दा किसे गल दी घाट अट के बोलदा कबड्डी दा नून अज लोकां दे सिर चढ़ के बोलदा कबड्डी दा जनून अज लोकां दे सिर चढ़ के शायद कम कर कौडी देखण लई आउंदे आ खिडारियां हौसले लई ताड़ियां वजाउंदे आ लैण मैच नजारे कोई बैठ खड़ के बोलदा कबड्डी दा जनून लोकां दे सिर चढ़ के एक पासे खेतां वाली साइड कहिंदे डगो रमाई दी टीम पुज गई है ते दूसरे पासे टीम वीरो रंडियाले दी है दोनों टीमां दे दरमियान तगड़ा मैच शुरू होण जा रहा है। इधर कहते नौजन इस रंडियाले की टीम की तरफो वार्ड कबड्डी पा रहा है चार जाफी ने कहते ढोडी पिंड है जमा नाम है आ खिडारी इंग्लैंड भी खेडिया कनेडा भी खेडिया दुनिया के मशहूर जाफिया में नाम है पर वेखो सामने नौजन बराड़ अपनी टीम के लिए लखा जा पॉइंट जोड़ता हुआ आ खिडारी ने कहते कनेडा के खेल मैदान बतौर धावी तकड़िया कबड्डिया पाई एक कहते पंजाब के सारे वाल पिंड का धर्मिंदर बॉलीवुड जाके छाया त्यार धर्मिंदर कबड्डी छाया हुआ डगो रमाणे पिंड का खेड मैदान कबड्डी पाने लिए पता होया चार जाफी तैयार ने मेरे वीर पुलिस कर्मचारी जिथे भी है जाली टपके बंदे अंदर आ रहे कृपा करके इतने एक ड्यूटी दे इधर कहते राजू पलवान पॉइंट अपनी टीम जोड़ता है कि जिथे पैदा हुए बड़े बड़े पलवान भी यार वखरी पंजाब दी शान भी पैंदी कबड्डी दे हुंदे घोल है नी रंग पंजाब जां कोई होर तरो लोक कौन कबड्डी पा रहे हैं ये पिंड मलसिया एरिया नकोदर दा ना खेड कबड्डी विच वड्डा ए जुबर दा खेड दे मैदानां विच शेर वांग बुकदा तकड़े जाफिया तो कट्टी रुकदा परमजीत सिंह दा पुत्तर पोता बाबे निछतर दा मलसिया वाला कुलजीता कहते जाफी दे नाल शेर वांगू टक्करदा मलसिया का कुलजीता जाफी दे नाल शेर वांगू टक्करदा बाबर शेर है कबड्डी का कुलजीता कहते दुनिया नंबर वन है बड़े रिकॉर्ड ने इस खिडारी ने सामने नौजवान चरना कबड्डी पाने के लिए पाधा हुआ राजेआणा पिंड है कहते बिरू वर्गे दुनिया भर के महान कबड्डी खिलाड़ी पैदा किए हैं आ कहते पहाड़ के तौर पर जाना जाता मेरे वीर कि सिद्धमा दे जसरी जाती ना स्पीड चारों मापी फरंदीपुर वाला हुण कहर दा जाफी फरंदीपुर वाला हुण कहर दा जाफी गोपी कहंदे अब स्पोर्ट दी खेड कबड्डी क्लब वल्लों खेडिया
ब्रिटिश कोलंबिया दे विच तगड़िया मेरे वीरो नौजी ने अपनी खेड का प्रदर्शन किया, तगड़ी खेड का प्रदर्शन किया। एक नौजी ने धर्मेंद्र कबड्डी पा रहा कि गहरे झल्ला कद शेर नारियां दे गोजे कौन ठले तफाना सागर बिच ना पैंदे कुजे, सागर बिच ना पैंदे कुजे। अगले मैच दीआं टीमां सहेड़ ते शोषक, उस तो बाद मैच जोड़ा शिकरमाशियां ते वकीलां वाला, बाबा तुलसीदास क्लब दौले वाला ते कालकला, वकीलां वाला भी ते धूरकोट कोट करोड़ ते पट्टी जोगे वाला ते आजाद कबड्डी कालकला दीआं टीमां दे दरमियान किहड़ी टीम दा मैच पुछणा जी? हलो आवे मेरे दर्शक वीरो, जिन्ना मैनों नाम और प्लेयर का पता है मैं थोड़ी जानकारी करवाना है। शीरा पिछो वाला, नरवैर कोनी राणी वाला, गोपी फरंदपुरिया, सुखमन चोला, ओ जोगे वाली टीम थोड़े सामने आऊगा। नानक मुंडिया, कलजीता मनसिया, गंग जोगे वाला, पप्पू जोगे वाला, सतनाम गुरु माणा, ओ मुंडा उत्थे ओ काली शर्ट पाई खड़ा, टी शर्ट जिसे लखे ने जफ्फी पाई आ, सतनाम डगोर मना जी ने इत्थे मोटरसाइकिल दे के सम्मान करना है। सतनाम डगू आने वाला इधर कहंदे नौजवान गबरू मेरे वीर अजू दी भाई फिक भाई ते सामने वेखो जाफी कहंदे पाली ना मुकाबला है मेरे वीरो, आओ वेखो वी यारा बकरा है खेड कबड्डी दा। लग गया जफा उधर बजदी होईयां तारियां है के शर्त ते आ ता सारियां माड़ियां ते इक इक पॉइंट दे वरण ताड़ियां करने ठंड गर्मी चलवे मुंडे अशर नशियां दा खेड़ा आजा कबड्डी वल वी, मुंडे अशर नशियां दा खेड़ा आजा कबड्डी वल वी। नौजवान कौन कबड्डी पा रहा मेरे वीरो कि जिहड़ा करदा मैदानां विच कहर वी ਉਹੀ ਕਰਦਾ ਵਿਦੇਸ਼ਾਂ ਦੀ ਸ਼ਹਿਰ ਵੀ, ਕਿਤੇ ਇੰਗਲੈਂਡ ਤੇ ਕਿ ਕੈਨੇਡਾ ਨੇ ਕਿਹੜੀਆਂ ਆ ਰਹੀਆਂ ਕਬੱਡੀ ਦੇ ਖਿਡਾਰੀਆਂ ਨੂੰ ਮਿਲਦੀਆਂ ਅਲਟੋ ਸਵਿਫਟ ਸਾਰੀਆਂ ਅਲਟੋ ਗੱਡੀ ਮੇਰੀ ਇਸ ਨੌਜਵਾਨ ਖਿਡਾਰੀ ਨੂੰ ਸਤਨਾਮ ਡਗੋਰ ਮਾਣਿਆ ਪੁਆਇੰਟ ਆਪਣੀ ਟੀਮ ਲਈ ਜੁੜਦਾ ਡਗੋਰ ਮਾਣਾ ਜਿਨ੍ਹਾਂ ਨੂੰ ਸਾਡੇ ਆ ਮੁੰਡਿਆਂ ਨੇ ਮੋਟਰਸਾਈਕਲ ਦੇ ਕੇ ਦਾ ਸਨਮਾਨ ਕਰਨਾ, ਪਿਛਲੇ ਸਾਲ ਇਹਨਾਂ ਨੇ ਬੋਲਤਾ ਸੀਗਾ ਵੀ ਅਸੀਂ ਮੋਟਰਸਾਈਕਲ ਦੇ ਕੇ ਸਨਮਾਨ ਕਰਾਂਗੇ। ਆ ਜਾਫੀ ਕਹਿੰਦੇ ਬੜਾ ਕਾਇਮ ਜਾਫੀ ਹੈ ਕਿ ਚੜਿਆ ਹੈ ਗੱਭਰੂ ਕੋਚ ਸਿਆੜਾ ਟਾਪ ਦਾ ਜਾਫੀ ਕਹਿੰਦੇ ਸ਼ਰਨਾ ਡਗੁਰ ਮਾਣਦਾ ਟਾਪ ਦਾ ਜਾਫੀ ਕਹਿੰਦੇ ਸ਼ਰਨਾ ਡਗੁਰ ਮਾਣਦਾ ਕਹਿੰਦੇ ਅੱਜ ਮਾਨ ਸਨਮਾਨ ਮੋਟਰਸਾਈਕਲ ਨਾਲ ਕੀਤਾ ਜਾਣਾ ਮੇਰੇ ਵੀਰੋ। ਮੇਰੀ ਬੇਨਤੀ ਹੈ ਜਿਹੜੇ ਇੱਥੇ ਵੀਰ ਖੜੇ ਹੈ ਕਿਰਪਾ ਕਰਕੇ ਉਸ ਸਾਈਡ ਦੇ ਉੱਪਰ ਜਾਣ, ਇਧਰ ਨੌਜਵਾਨ ਧਰਵਿੰਦਰ ਕਬੱਡੀ ਪਾਇਆ ਕਿ ਦਿਲੋਂ ਮਾਰ ਕੇ ਜਾਨ ਠਲ ਪੈਂਦੇ ਨੇ ਤਫਾਨ। ਇਹ ਵੀ ਜਿਹੜਾ ਧਰਵਿੰਦਰ ਆ ਇਸ ਨਾਮ ਡਗੋਰ ਵਾਲਾ ਭਾਈ ਸਾਹਿਬ ਆ ਧਰਵਿੰਦਰ ਜਿਹੜਾ ਹੁਣ ਕੋਡੀ ਪਾ ਕੇ ਗਿਆ। ਮੈਚ ਸਮਾਪਤ ਹੈ, ਅਗਲੇ ਮੈਚ ਦੀਆਂ ਦੋਨੋਂ ਟੀਮਾਂ ਸਨੇਰ ਤੇ ਸ਼ੋਸ਼ਕ ਦੀਆਂ ਟੀਮ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪਹੁੰਚਣ, ਸਨੇਰ ਤੇ ਸ਼ੋਸ਼ਕ ਦੀਆਂ ਟੀਮਾਂ ਲਈ ਮੈਚ ਲਈ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪਹੁੰਚਣ। ਇਸ ਮੈਚ ਦੇ ਵਿੱਚੋਂ ਡਗੁਰ ਮਾਣੇ ਦੀ ਟੀਮ ਬਿਨਾਂ ਰਹੀ ਹੈ। ਡਗੁਰ ਮਾਣਾ ਹਾਂ ਹਾਂ ਭਾਈ, ਜਿਹੜੇ ਸਟੇਜ ਵਿੱਚ ਮੇਰੇ ਵੀਰ ਇਹਨਾਂ ਨੂੰ ਮੈਂ ਸੱਦਿਆ ਬੁਲਾਇਆ ਸੀਗਾ, ਉਹਨਾਂ ਦੀ ਮਿਹਰਬਾਨੀ, ਉਹਨਾਂ ਨੇ ਪਲੇਅਰ ਨੂੰ ਜਾ ਕੇ ਸੂਚ ਕੀਤਾ। ਇਹ ਪਲੇਅਰ ਜਿਹੜੇ ਕਈ ਭਾਜਨ ਕਰਦੇ ਰਹੇ ਆ, ਟੀਮਾਂ ਨਾਲ ਕੰਡਕਟ ਕਰਦੇ ਰਹੇ ਆ, ਇਹਨਾਂ ਨੇ ਆ ਕੇ ਸਾਨੂੰ ਦੱਸ ਦਿੱਤਾ ਸਮੇਂ ਸਿਰ ਪਲੇਅਰਾਂ ਦੇ ਨਾਂ, ਇਹਨਾਂ ਦਾ ਧੰਨਵਾਦ ਆ। ਇਹ ਆਪਦਾ ਫਰਜ਼ ਪਛਾਣਦੇ ਹੋਏ ਗਰਾਊਂਡ ਵਿੱਚ ਆ ਕੇ ਆਪਦੀ ਫਰਜ਼ ਪਛਾਣਦੇ ਹੋਏ ਗਰਾਊਂਡ 'ਚੋਂ ਚਲੇ ਗਏ ਆ। ਸਮੇਂ ਸਮੇਂ ਸਿਰ ਇਹਨਾਂ ਨੂੰ ਅਸੀਂ ਪੁੱਛਿਆ ਕਰਨਾ, ਇਹ ਸਾਰੀ ਇਹਨਾਂ ਦੀ ਦਿਨਾਂ ਇਹਨਾਂ ਨੇ ਭਜਨਾਸ ਕਰਕੇ ਇਹਨਾਂ ਨਾਲ ਸੰਪਰਕ ਕੀਤਾ। ਹਾਂਜੀ, ਜਿਹੜਾ 70 ਕਿਲੋ ਦਾ ਸੈਮੀ ਫਾਈਨਲ ਆ ਉਹ ਵੀ ਆਪਾਂ ਮੈਚ ਕਰਾ ਦਈਏ। 70 ਕਿਲੋ ਦਾ ਸੈਮੀ ਫਾਈਨਲ ਆ ਤੁਸੀਂ ਜਾਲੀ ਢੱਕ ਰਹੇ ਆ, ਅੱਗੇ ਮੀਂਹ ਪਿਆਸ ਪਾਣੀ ਕੱਢਿਆ ਟੋਆ ਭਰਿਆ ਤੁਹਾਡੇ ਸਾਹਮਣੇ ਵਿੱਚ ਪਹੁੰਚ ਜਾਣ 70 ਕਿਲੋ ਵਾਲੀਆਂ ਸੋਚ ਕੇ ਉਹਨਾਂ ਦਾ ਸੈਮੀ ਫਾਈਨਲ ਹੋ ਗਏ। ਜਾਲੀ ਡੰਗ ਪੀ ਦਾ ਸਾਰਾ ਹੀ ਸਵਾਦ ਕਿਤਾ ਹੋ ਜਾਊਗਾ। ਸੋ ਕਿਰਪਾ ਕਰਦੇ ਆ ਕਿ ਜਾਲੀ ਕਿੱਥੇ ਜਾਲੀ ਖੋਈ, ਹਾਂ ਵੀ ਆ ਕਰਦੇ ਕੋ ਕਿਤੇ ਜਾਲੀ ਖੋ ਗਈ ਆ ਬਾਈ ਅੰਗਰੇਜ਼ਾਂ ਆਪਦਾ ਪਤਾ ਕਰੋ ਕੀ ਗੱਲ ਆ, ਉੱਥੇ ਥਾਂ ਪਾਣੀ ਸੀਗਾ ਡਿੱਗ ਪਈ ਆ। ਸੋ ਭਾਈ ਸਾਹਿਬ ਵਾਧੂ ਬੰਦਾ ਕੋਈ ਗਰਾਊਂਡ 'ਚ ਨਾ ਆਵੇ ਤੇ ਨਾ ਕੋਈ ਜਾਲੀ ਨੂੰ ਰੱਖੋ, ਜਾਲੀ ਡਿੱਗ ਪਈ ਤੇ ਸਾਨੂੰ ਬਾਹਰਲੇ ਮੁਲਕ ਤੋਂ ਫੋਨ ਆਈ ਜਾਂਦੇ, ਲੋਕੀ ਪੈਸੇ ਲਾਈ ਜਾਂਦੇ ਵੀ ਇਹ ਪਲੇਅਰ ਤੇ ਮੈਨੇ ਲਾਉਣਾ, ਸਾਨੂੰ ਦੇ ਜਾਂਦੇ ਆ ਤੇ ਤੁਸੀਂ ਕਿਰਪਾ ਕਰਕੇ ਬੈਠ ਜਾਓ ਯਾਰ ਮੇਰੇ ਭਰਾਓ, ਤੁਹਾਡਾ ਧੰਨਵਾਦ ਆ। ਅਸੀਂ ਵੀ ਬਹੁਤ ਭਜਨਾਸ ਕੀਤੀ, ਸਾਨੂੰ ਵੀ ਸਵਾਦ ਆ ਜੇ ਤੇ ਤੁਹਾਨੂੰ ਵੀ ਨਜ਼ਾਰਾ ਆ ਜੇ, ਤੋ ਇਸ ਕਰਕੇ ਮੇਰੇ ਭਾਈ ਕੋਈ ਹੁੱਲੜਬਾਜੀ ਕਰੋ, ਜੇ ਕੋਈ ਕਿਸੇ ਨੀਤ ਨਾਲ ਕਰੋਗੇ ਤਾਂ ਤੁਸੀਂ ਆਪ ਦੀ ਸਜ਼ਾ ਭੁਗਤਣੀ ਆ। ਪਿਆਰ ਸਤਿਕਾਰ ਨਾਲ ਲੰਗਰ ਬਾਬਾ ਭਗਤ ਸਿੰਘ ਚੰਦ ਦਾ ਫ੍ਰੀ ਚੱਲ ਰਿਹਾ, ਬਹੁਤ ਤਗੜਾ ਲੰਗਰ ਆ, ਜਿਹਨੇ ਕੋਈ ਚਾਹ ਛਕਣੀ ਹੈ ਪ੍ਰਸ਼ਾਦਾ ਛਕਣਾ ਜਾ ਕੇ ਛਕ ਲੈ। ਹਾਂਜੀ, ਮੁੱਦਕੀ ਦੀ ਟੀਮ 70 ਕਿਲੋ ਵਾਲੀ ਸੈਮੀ ਫਾਈਨਲ ਵਾਲੀ ਉਹ ਫਟਾਫਟ ਪਹੁੰਚੇ, ਕਿਆਲ ਦੀ ਟੀਮ ਪਹੁੰਚ ਚੁੱਕੀ ਆ, 70 ਕਿਲੋ ਸੈਮੀ ਫਾਈਨਲ ਵਾਲਾ ਮੁੱਦਕੀ ਦੀ ਟੀਮ ਫਟਾਫਟ ਗਰਾਊਂਡ ਦੇ ਵਿੱਚ ਪਹੁੰਚੇ ਤਾਂ ਕਿ ਗਰਾਊਂਡ ਨੂੰ ਖਾਲੀ ਕਰਨਾ, ਸਾਡੇ ਕੋਲੇ ਮੈਚ ਬਹੁਤ ਜ਼ਿਆਦੇ ਆ। ਅਗੇ ਮੈਚ ਦੀਆਂ ਟੀਮਾਂ ਸਨੇਰ ਤੇ ਸ਼ੁਸ਼ਕੇ ਵੀ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪਹੁੰਚਣ,
शिकार माशिया के वकीलों वाला ए बाबा तुलसीदास क्लब दौरे वाला ते काल कला वकीलों वाला बी ते धूरकोट कोट करोड़ ते पट्टी जोगे वाला ते या कबड्डी क्लब काल कला पढ़ाना ए ते डरोली भाई सारिया टीमों के हाथ जोड़ के बेनती है भी समय ना टीम पुजदियां जान मुदकी दी टीम नू मेरी बेनती है कड़ियाल दी टीम जिहड़ी 70 किलो दी वो खेड ग्राउंड दे विच पुजी होई है मुदकी दी टीम जल्दी ना ग्राउंड दे विच पुज जावे बार बार असीं पीआर रहे हां सेमी फाइनल मैच आ ग्राउंड खाली आ फटाफट पो ता कि असीं अगले जिहड़े उपर मैच आ साडे कोल बहुत ज्यादे आ वो भी करवाए आ दर्शक वीर बैठे आ सार रोक के ते तुसीं ग्राउंड नूं खाली होण दिया करो फटाफट मुदकी टीम 70 किलो वाली पहुंचे सनेह ते शोषक कबड्डी ओपन दे मैच दीआं दोनों टीमां जल्दी ना खेड मैदान दे विच पुज जाण ਸਨੇਹ ਤੇ ਸ਼ੋਸ਼ਕ ਸ਼ਿਕਾਰ ਮਾਸ਼ੀਆਂ ਤੇ ਵਕੀਲਾਂ ਵਾਲਾ ਇਹ ਵੀ ਟੀਮਾਂ ਦੇ ਪਲੇਅਰ ਗਰਾਊਂਡ 'ਚ ਆ ਜਾਣ ਹੈਲੋ ਆ ਵੀ ਸਪੋਰਟਸ ਕਲੱਬ ਦੇ ਜਿਹੜੇ ਮੇਰੇ ਵੀਰ ਉਹਦੇ ਲਾਰਾ ਬੇਨਤੀ ਕਰਦਾ ਹੈ ਕਿ 2:30 ਵਜੇ ਆਪਣੇ ਦਰਮਿਆਨ ਸਿਕੰਦਰ ਸਿੰਘ ਜੀ ਮਲੂਕਾ ਸਿੱਖਿਆ ਮੰਤਰੀ ਪੰਜਾਬ ਉਹਨਾਂ ਦੇ ਨਾਲ ਬਾਈ ਅਤਾਰ ਸਿੰਘ ਜੀ ਮਿੰਨਾ ਚੇਅਰਮੈਨ ਕੋਆਪਰੇਟਿਵ ਬੈਂਕ ਪੰਜਾਬ ਜਹਰਾ ਹਰੀ ਸਿੰਘ ਜੀ ਜੀ ਸਾਬਕਾ ਸਿੰਚਾਈ ਮੰਤਰੀ ਪੰਜਾਬ ਐਮਐਲਏ ਸਾਹਿਬ ਆਪਣੇ ਕੋਲ ਪਹੁੰਚ ਰਹੇ ਆ 2:30 ਵਜੇ ਉਹਨਾਂ ਨੇ ਇੱਥੇ ਪਹੁੰਚ ਜਾਣਾ ਸੋ ਮੈਂ ਬੇਨਤੀ ਕਰਦਾ ਕਲੱਬ ਦੇ ਮੈਂਬਰਾਂ ਨੂੰ ਕਿ ਨਾਲ ਨਾਲ ਉਹਨਾਂ ਦੀ ਵੀ ਆਪਾਂ ਤਿਆਰੀ ਰੱਖਣੀ ਆ ਸੋ ਮੈਚ 'ਚ ਨਾ ਰੁੱਝਿਆ ਜੇ ਉਹਨਾਂ ਦਾ ਵੀ ਆਪਾਂ ਇੱਥੇ ਜੀ ਆਇਆਂ ਕਹਿਣਾ ਮਾਨ ਸਨਮਾਨ ਕਰਨਾ ਸੋ ਮੇਰੇ ਵੀ ਉਧਰ ਵੀ ਆਪਦਾ ਅਰੇਂਜਮੈਂਟ ਰੱਖੋ ਸਨੇਹ ਦੀ ਟੀਮ ਗਰਾਊਂਡ 'ਚ ਆਇਆ ਸ਼ੁਸ਼ਕ ਦੀ ਟੀਮ ਨੂੰ ਮੇਰੀ ਬੇਨਤੀ ਹੈ ਵੀ ਉਹ ਟੀਮ ਜਲਦੀ ਨਾ ਖੇਡ ਮੈਦਾਨ ਦੇ ਵਿੱਚ ਪੁੱਜ ਜਾਵੇ ਮੇਰੀ ਪ੍ਰਬੰਧਕੀ ਕਮੇਟੀ ਲਈ ਬੇਨਤੀ ਹੈ ਵੀ ਮੁੱਦਕੀ ਦੀ ਟੀਮ ਹਾਲੇ ਤੱਕ ਕਬੱਡੀ 70 ਕਿਲੋ ਦੇ ਮੈਚ ਲਈ ਗਰਾਊਂਡ 'ਚ ਨਹੀਂ ਆਈ ਕੰਡਿਆਲ ਦੀ ਟੀਮ ਗਰਾਊਂਡ 'ਚ ਹੈ